ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਪ੍ਰੀਤ। ਇੱਕ ਵਾਰ ਫਿਰ ਤੋਂ ਉਹਨਾਂ ਸਟੂਡੈਂਟਸ ਦੀ ਗੱਲ ਕੀਤੀ ਜਾਵੇਗੀ ਜਿਹੜੇ ਅਬਰਾਡ ਜਾਣਾ ਚਾਹੁੰਦੇ ਨੇ। ਸੋ ਜੇ ਮੌਕਾ ਮਿਲਦਾ ਤੁਹਾਨੂੰ ਓਵਰਸੀਜ਼ ਜਾ ਕੇ ਸਟੱਡੀ ਕਰਨ ਦਾ, ਆਪਣਾ ਫਿਊਚਰ ਜਿਹੜਾ ਉਸ ਨੂੰ ਸੈੱਟ ਕਰਨ ਦਾ, ਸੋ ਇਸ ਮੌਕੇ ਨੂੰ ਇਹ ਜਿਹੜੀਆਂ ਓਪਰਚੁਨਿਟੀਜ਼ ਤੁਹਾਨੂੰ ਮਿਲ ਰਹੀਆਂ ਨੇ ਇਸ ਨੂੰ ਗ੍ਰੈਬ ਕਰਿਆ ਕਰੋ। ਥੋੜ੍ਹੀ ਬਹੁਤ ਮਿਹਨਤ ਕਰਨੀ ਪਏਗੀ, ਸੋ ਇਸ ਮਿਹਨਤ ਨੂੰ ਕਰਕੇ ਜੇਕਰ ਤੁਹਾਡਾ ਪੂਰਾ ਆਉਣ ਵਾਲਾ ਫਿਊਚਰ ਜਿਹੜਾ ਉਹ ਸੈੱਟ ਹੋ ਸਕਦਾ ਤਾਂ ਬਹੁਤ ਵਧੀਆ ਗੱਲ ਹੈ। ਅਤੇ ਮਿਹਨਤ ਜਿੱਥੇ ਅਸੀਂ ਆਪਣੇ ਫਿਊਚਰ ਨੂੰ ਲੈ ਕੇ, ਸਟੱਡੀ ਨੂੰ ਲੈ ਕੇ, ਆਇਸ ਨੂੰ ਲੈ ਕੇ ਕਰਨੀ ਹੈ, ਉੱਥੇ ਹੀ ਮਿਹਨਤ ਜਿਹੜਾ ਸਾਡੇ ਕੰਸਲਟੈਂਟ ਨੂੰ ਚੂਜ਼ ਕਰਨ ਦੇ ਵਿੱਚ ਵੀ ਕਰਨੀ ਹੈਗੀ ਆ ਕਿ ਅਸੀਂ ਕਿਤੇ ਗਲਤ ਤਰੀਕੇ ਦੇ ਨਾਲ ਬਾਹਰ ਨਹੀਂ ਜਾਣਾ ਹੈਗਾ। ਬਾਹਰ ਜਾਣਾ ਅੱਜ ਕੱਲ੍ਹ ਵਧੀਆ ਤਰੀਕੇ ਦੇ ਨਾਲ, ਲੀਗਲ ਤਰੀਕੇ ਦੇ ਨਾਲ ਤੁਸੀਂ ਪਹੁੰਚ ਸਕਦੇ ਹੈਗੇ ਹੋ, ਸੋ ਲੀਗਲ ਤਰੀਕੇ ਦੇ ਨਾਲ ਹੀ ਅਪਲਾਈ ਕਰਿਆ ਕਰੋ। ਸੋ ਅੱਜ ਅਸੀਂ ਸਪੈਸ਼ਲੀ ਜੀ ਇਨਵਾਈਟ ਕੀਤਾ ਹੈਗਾ ਐਜੂਕੇਸ਼ਨ ਅਬਰੋਡ ਤੋਂ ਮਿਸਟਰ ਜਤਿੰਦਰ ਸਿੰਘ ਜੀ ਨੂੰ, ਜੋ ਕਿ ਹਮੇਸ਼ਾ ਹੀ ਸਾਡੇ ਸ਼ੋਅ ਦੇ ਵਿੱਚ ਟਾਈਮ ਟੂ ਟਾਈਮ ਆਉਂਦੇ ਨੇ। ਗੱਲਬਾਤ ਉਹਨਾਂ ਦੇ ਨਾਲ ਹੁੰਦੀ ਹੈ, ਜੋ ਵੀ ਸਟੂਡੈਂਟ ਦੀਆਂ ਇਨਕੁਆਇਰੀਜ਼ ਆਉਂਦੀਆਂ ਨੇ ਹਮੇਸ਼ਾ ਉਹ ਸਵਾਲ ਪੁੱਛੇ ਜਾਂਦੇ ਨੇ, ਅਤੇ ਹਮੇਸ਼ਾ ਸਹੀ ਇਨਫੋਰਮੇਸ਼ਨ ਜਿੱਥੇ ਕਿਤੇ ਜਿਹੜਾ ਪ੍ਰੋਸੀਜਰ ਨੂੰ ਲੈ ਕੇ ਇਨਫੋਰਮੇਸ਼ਨ ਹੁੰਦੀ ਹੈ, ਨਾਲ ਦੀ ਨਾਲ ਗਾਈਡੈਂਸ ਵੀ ਸਟੂਡੈਂਟ ਨੂੰ ਦਿੱਤੀ ਜਾਂਦੀ ਹੈ। ਸੋ ਅੱਜ ਇੱਕ ਵਾਰ ਫਿਰ ਤੋਂ ਗੱਲ ਹੋਏਗੀ ਜੀ ਯੂਕੇ ਦਾ, ਆਸਟ੍ਰੇਲੀਆ ਨੂੰ ਲੈ ਕੇ ਗੱਲ ਕਰਾਂਗੇ। ਬਾਕੀ ਨੰਬਰ 'ਚ ਹੀ ਲਗਾਤਾਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ, ਇਹਨਾਂ ਨੰਬਰ ਨੂੰ ਤੁਸੀਂ ਐਜੂਕੇਸ਼ਨ ਦੇ ਅਬਰੋਡ ਦੇ ਨੰਬਰ ਨੂੰ ਤੁਸੀਂ ਨੋਟ ਕਰਕੇ ਰੱਖ ਲਓ, ਕਾਲ ਕਰੋ, ਫਿਰ ਆਫਿਸ ਦੇ ਵਿੱਚ, ਮੋਹਾਲੀ ਦੇ ਵਿੱਚ ਆਫਿਸ ਹੈਗਾ, ਆਫਿਸ ਦੇ ਵਿੱਚ ਵਿਜ਼ਿਟ ਕਰੋ। ਸੋ ਸਭ ਤੋਂ ਪਹਿਲਾਂ ਵੈਲਕਮ ਕਰ ਲੈਂਦੇ ਹਾਂ, ਵੈਲਕਮ ਸਰ। ਥੈਂਕ ਯੂ। ਸਰ ਸਭ ਤੋਂ ਪਹਿਲਾਂ ਹੁਣ ਯੂਕੇ ਦੀ ਗੱਲ ਕਰ ਲੈਂਦੇ, ਕਿਉਂਕਿ ਯੂਕੇ ਦਾ ਇਸ ਟਾਈਮ ਟਾਈਮ ਚੱਲ ਰਿਹਾ ਹੈਗਾ, ਹਰ ਕੋਈ ਯੂਕੇ ਹੀ ਜਾਣਾ ਚਾਹੁੰਦਾ ਹੈਗਾ, ਸੋ ਯੂਕੇ ਦਾ ਇਸ ਟਾਈਮ ਦੇ ਕਰੰਟ ਪ੍ਰੋਸੀਜਰ ਦੀ ਗੱਲ ਕੀਤੀ ਜਾਵੇ ਤਾਂ ਕੀ ਚੱਲ ਰਿਹਾ? ਮੈਮ ਕਰੰਟ ਪ੍ਰੋਸੀਜਰ ਜਿਹੜਾ ਬਹੁਤ ਸਿੰਪਲ ਪ੍ਰੋਸੈਸ ਚੱਲ ਰਿਹਾ ਅੱਜ ਦੀ ਡੇਟ 'ਚ, ਕੋਈ ਵੀ ਬੱਚਾ ਜਿਹੜਾ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੈ, ਫੋਰ ਐਗਜ਼ਾਮਪਲ ਕਾਫੀ ਬੱਚੇ ਨੇ ਜਿਹੜੇ ਕੈਨੇਡਾ ਤੋਂ ਰਿਫਿਊਜ਼ ਨੇ, ਜਿਹਨਾਂ ਦੇ 6 ਬੈਂਡ ਵੀ ਹੈਗੇ ਨੇ, ਨੋਟ ਲੈਸ ਦੈਨ 5.5 ਨੇ, 5.5 ਬੈਂਡ ਵਾਲੇ ਬੱਚੇ ਜਿਹੜੇ ਆਸਟ੍ਰੇਲੀਆ ਤੋਂ ਰਿਫਿਊਜ਼ਲ ਨੇ, ਆ ਬੱਚੇ ਨਿਊਜ਼ੀਲੈਂਡ ਤੋਂ ਕਾਫੀ ਰਿਫਿਊਜ਼ਲ ਨੇ। ਇੱਕ ਮੇਨ ਗੱਲ ਹੈ ਉਹਨਾਂ ਬੱਚਿਆਂ ਦੇ ਲਈ ਕਿ ਉਹ ਬੱਚਿਆਂ ਕੋਲ ਇੱਕ ਬੜਾ ਵਧੀਆ ਮੌਕਾ ਆਇਆ, ਕਿਉਂਕਿ ਆਮ ਜਿਹੜਾ ਬੱਚਾ ਜਿਹਦੀ ਕੋਈ ਰਿਫਿਊਜ਼ਲ ਨਹੀਂ ਹੈਗੀ ਫਰੈਸ਼ ਕੇਸ, ਉਹਦੇ ਵਾਸਤੇ ਤਾਂ ਮੌਕਾ ਵਧੀਆ ਹੈ ਹੀ ਹੈ, ਨਾਲ ਦੀ ਨਾਲ ਉਹਨਾਂ ਬੱਚਿਆਂ ਲਈ ਚੰਗਾ ਮੌਕਾ ਜਿਨ੍ਹਾਂ ਦੀ ਕਿਸੇ ਕੰਟਰੀ 'ਚ ਰਿਫਿਊਜ਼ਲ ਹੈ, ਤੁਸੀਂ ਈਜ਼ਲੀ ਯੂਕੇ ਅਪਲਾਈ ਕਰ ਸਕਦੇ ਹੋ। ਆਇਲਸ ਦੇ ਬੈਂਡ ਜੇਕਰ 6 ਹੈਗੇ ਨੇ ਕੋਈ ਇਸ਼ੂ ਨਹੀਂ ਹੈਗਾ, ਜੇਕਰ ਤੁਹਾਡੇ ਕਿਸੇ ਨਾ ਕਿਸੇ ਮੋਡਿਊਲ 'ਚ 5.5 ਤੋਂ ਘੱਟ ਵੀ ਨੇ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ। ਔਰ ਤੀਜੀ ਗੱਲ ਕਿ ਜੇਕਰ ਤੁਸੀਂ ਆਇਲਸ ਨਹੀਂ ਵੀ ਕੀਤੀ ਹੋਈ, ਤੁਹਾਡੇ +2 ਪਾਸ ਆਊਟ ਤੁਸੀਂ ਹੈਗੇ ਹੋ, ਇੰਗਲਿਸ਼ ਸਬਜੈਕਟ ਦੇ ਵਿੱਚ 60% ਇੰਗਲਿਸ਼ ਸਬਜੈਕਟ ਦੇ 60% ਮਾਰਕਸ ਤੁਹਾਡੇ ਹੈਗੇ ਨੇ, ਤਾਂ ਈਜ਼ਲੀ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ। ਬੜੀਆਂ ਛੋਟੀਆਂ ਜਿਹੀਆਂ ਸ਼ਰਤਾਂ ਨੇ, ਜਨਵਰੀ ਇਨਟੇਕ ਬੜੇ ਨੀਅਰ ਬਾਈ ਆ, ਤੁਸੀਂ ਅੱਜ ਅਪਲਾਈ ਕਰਕੇ 1 ਤੋਂ 1.5 ਮੰਥ ਦੇ ਵਿੱਚ ਆਪਣਾ ਜਿਹੜਾ ਯੂਕੇ ਜਾਣ ਦਾ ਸੁਪਨਾ ਸਕਾਰ ਕਰ ਸਕਦੇ, ਯਾਨੀ ਕਿ 40-45 ਦਿਨ ਦਾ ਜਿਹੜਾ ਟੋਟਲ ਪ੍ਰੋਸੈਸ ਹੈਗਾ ਤੁਹਾਡਾ ਯੂਕੇ ਜਾਣ ਦਾ। 28 ਦਿਨ ਪੁਰਾਣੇ ਬੱਚੇ ਨੂੰ ਸਿਰਫ ਫੰਡ ਚਾਹੀਦੇ ਨੇ, ਬੱਚਾ +2 ਪਾਸ ਹੋਣਾ ਚਾਹੀਦਾ, ਗੈਪ ਕੋਈ ਮਾਇਨੇ ਨਹੀਂ ਰੱਖਦਾ, 2, 4, 6, 10 ਸਾਲ ਦਾ ਗੈਪ ਹੈ, ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਈਜ਼ਲੀ ਅਪਲਾਈ ਯੂਕੇ ਦੇ ਲਈ ਕਰ ਸਕਦੇ ਹੋ ਜੀ। ਅਤੇ ਫੰਡ ਦੀ ਗੱਲ ਕੀਤੀ, ਫੰਡ ਟੋਟਲ ਸ਼ੋਅ ਕਿੰਨੇ ਕੁ ਕਰਨੇ ਪੈਣਗੇ? ਮੈਮ ਫੰਡਿੰਗ ਦੀ ਜਿਹੜੀ ਸਿਸਟਮ ਹੈਗੀ ਯੂਕੇ ਦੇ ਵਿੱਚ, ਫੰਡ ਦਾ ਇੱਕ ਬਹੁਤ ਅਹਿਮ ਰੋਲ ਹੈ, ਕਿਉਂਕਿ ਯੂਕੇ ਦੇ ਵਿੱਚ ਆਪਾਂ ਨੂੰ ਵੀਜ਼ਾ ਲੈਣ ਦੇ ਲਈ ਟੋਟਲ ਜਿਹੜੇ ਹੈਗੇ 40 ਪੁਆਇੰਟ ਆਪਣੇ ਅਕਾਊਂਟ ਕਰਾਉਣੇ ਹੁੰਦੇ ਆ, ਜਿਹਦੇ ਵਿੱਚ 30 ਨੰਬਰ ਆਪਾਂ ਨੂੰ ਕੈਸ਼ ਦੇ ਲੱਗਦੇ ਆ, 10 ਨੰਬਰ ਜਿਹੜੇ ਹੁੰਦੇ ਆ ਡਾਕੂਮੈਂਟਸ ਦੇ ਫੰਡ ਦੇ ਲੱਗਦੇ ਆ। ਫੰਡਸ ਦੇ ਨੰਬਰ ਜੇ ਆਪਾਂ ਗੱਲ ਕਰੀਏ, ਫੰਡ ਆਪਾਂ ਨੂੰ 28 ਦਿਨ ਪੁਰਾਣੇ ਚਾਹੀਦੇ ਨੇ, ਇਨਰ ਲੰਡਨ ਔਰ ਆਊਟਰ ਲੰਡਨ ਦੋ ਏਰੀਏ ਨੇ ਯੂਕੇ ਦੇ ਵਿੱਚ, ਦੋਨਾਂ ਏਰੀਆਜ਼ ਦੇ ਲਈ ਬੱਚੇ ਨੂੰ ਅਲੱਗ ਅਲੱਗ ਫੰਡ ਦੀ ਰਿਕੁਆਇਰਮੈਂਟ ਹੈ, ਜਿੱਥੇ ਇਨਰ ਲੰਡਨ ਦੇ ਵਿੱਚ 11,350 ਪਾਉਂਡ ਦੀ ਰਿਕੁਆਇਰਮੈਂਟ ਹੈ, ਉੱਥੇ ਹੀ ਆਊਟਰ ਲੰਡਨ ਦੇ ਵਿੱਚ 9,930 ਜਾਂ 9,950 ਜਿਹੜੀ ਪਾਉਂਡ ਦੀ ਹੈਗੀ ਰਿਕੁਆਇਰਮੈਂਟ ਹੈ ਬੱਚੇ ਨੂੰ। ਬੱਚੇ ਦੀ ਇੰਡੀਅਨ ਕਰੰਸੀ ਦੀ ਆਪਾਂ ਗੱਲ ਕਰੀਏ, 10 ਤੋਂ 15 ਲੱਖ ਦੇ ਵਿੱਚ ਬੱਚੇ ਨੇ ਫੰਡ ਸ਼ੋਅ ਕਰਨੇ ਹੁੰਦੇ ਆ, ਜਿਹੜੇ ਕਿ 28 ਦਿਨ ਪੁਰਾਣੇ ਹੋਣੇ ਚਾਹੀਦੇ ਹੈ। ਜਦੋਂ ਤੁਹਾਡੇ ਫੰਡ 28 ਦਿਨ ਪੁਰਾਣੇ ਹੋ ਜਾਣਗੇ, ਨੈਕਸਟ ਡੇ ਤੁਸੀਂ ਫਾਈਲ ਅੰਬੈਸੀ ਵਿੱਚ ਲਗਾ ਕੇ ਆਪਣਾ ਰਿਜ਼ਲਟ ਜਿਹੜਾ ਹੈਗਾ ਲੈ ਸਕਦੇ ਹੋ। ਬਿਲਕੁਲ ਜੀ। ਅੱਛਾ, ਤੁਸੀਂ ਇਨਰ ਲੰਡਨ ਅਤੇ ਆਊਟਰ ਲੰਡਨ ਦੀ ਗੱਲ ਕੀਤੀ ਹੈਗੀ, ਇਹਦੇ ਵਿੱਚ ਵੀ ਸਟੂਡੈਂਟ ਕਾਫੀ ਜ਼ਿਆਦਾ ਕਨਫਿਊਜ਼ ਹੈ ਕਿ ਹੁਣ ਕਿਹੜੀ ਜਗ੍ਹਾ 'ਤੇ ਜਾਈਏ, ਕਿਉਂਕਿ ਜਦੋਂ ਯੂਕੇ ਦੀ ਗੱਲ ਆਉਂਦੀ ਸਟੂਡੈਂਟ ਨੂੰ ਲੱਗਦਾ ਕਿ ਅਸੀਂ ਲੰਡਨ ਹੀ ਪਹੁੰਚਣਾ ਹੈਗਾ, ਪਰ ਤੁਹਾਨੂੰ ਕੀ ਲੱਗਦਾ ਪਿਓਰਟੀ ਕਿਸ ਚੀਜ਼ ਨੂੰ ਦੇ ਰਹੇ ਨੇ ਅਤੇ ਕਿੱਥੇ ਜਾ ਕੇ ਫਾਇਦਾ ਪਹੁੰਚੇਗਾ ਸਟੂਡੈਂਟਸ? ਮੈਮ ਜਿਹੜੀ ਸਾਡੀ ਸੋਚਣੀ ਉਹ ਇਹ ਹੈ ਕਿ ਸਟੂਡੈਂਟ ਨੂੰ ਪ੍ਰਿਓਰਟੀ ਇਸ ਟਾਈਮ ਇਹ ਨਹੀਂ ਦੇਣੀ ਚਾਹੀਦੀ ਕਿ ਮੈਂ ਇਨਰ ਲੰਡਨ ਜਾ ਰਿਹਾ ਹਾਂ, ਮੈਂ ਆਊਟਰ ਲੰਡਨ ਜਾ ਰਿਹਾ। ਅੱਜ ਦੀ ਡੇਟ ਦੇ ਵਿੱਚ ਯੂਕੇ 2012-13 ਤੋਂ ਬਾਅਦ ਗੱਲ ਕਰੀਦਾ, 6 ਜਾਂ 7 ਸਾਲ ਤੋਂ ਬਾਅਦ ਯੂਕੇ ਨੇ ਆਪਣੇ ਵੀਜ਼ਾਜ਼ ਓਪਨ ਕੀਤੇ ਨੇ। ਯੂਕੇ ਇੱਕ ਫ੍ਰੀਕੁਐਂਟਲੀ ਵੀਜ਼ਾ ਦੇ ਰਿਹਾ, ਜੇ ਆਪਾਂ ਸਤੰਬਰ ਇਨਟੇਕ ਦੀ ਗੱਲ ਕਰੀਏ, ਸਾਡਾ 100% ਸਕਸੈਸ ਰੇਟ ਰਿਹਾ, ਕੋਈ ਵੀ ਸਿੰਗਲ ਕੇਸ ਜਿਹੜਾ ਸੀ ਉਹ ਰਿਫਿਊਜ਼ ਨਹੀਂ ਹੋਇਆ, ਹਰੇਕ ਬੱਚੇ ਦਾ ਵੀਜ਼ਾ ਹੈ, ਚਾਹੇ ਉਹ ਬੱਚਾ 2 ਸਾਲ ਦੇ ਗੈਪ ਨਾਲ ਵਾਲਾ ਸੀ, ਚਾਹੇ ਉਹ ਬੱਚਾ 10 ਸਾਲ ਦੇ ਗੈਪ ਵਾਲਾ ਸੀ, ਚਾਹੇ ਬੱਚਾ 55% ਮਾਰਕਸ ਵਾਲਾ ਸੀ, ਹਰੇਕ ਬੱਚੇ ਨੂੰ ਵਿਦ ਆਇਲਸ ਔਰ ਵਿਦਆਊਟ ਆਇਲਸ ਦੋਨਾਂ ਬੱਚਿਆਂ ਦੇ ਕਾਫੀ ਸਮੂਥਲੀ ਵੀਜ਼ਾ ਆਏ ਨੇ। ਹੁਣ ਇੱਥੇ ਰੇਸ਼ੋ ਹੈ ਕਿ ਬੱਚੇ ਚਾਹੁੰਦੇ ਨੇ ਕਿ ਕਿਤੇ ਨਾ ਕਿਤੇ ਇਨਰ ਲੰਡਨ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ, ਬਿਕੋਜ਼ ਉਹਨਾਂ ਦੇ ਜਿਹੜੇ ਪੁਰਾਣੇ ਰਿਸ਼ਤੇਦਾਰ ਨੇ, ਕਿਸੇ ਦਾ ਕੋਈ ਬਰਮਿੰਗਮ 'ਚ ਹੈਗਾ, ਕਿਸੇ ਸਾਊਥ ਹਾਲ 'ਚ ਹੈਗਾ, ਇਸ ਤਰ੍ਹਾਂ ਕਾਫੀ ਬੱਚੇ ਰਿਸ਼ਤੇਦਾਰ ਜਿਹੜੀ ਉਹ ਪੁਰਾਣੇ ਜਿਹੜੇ ਲੋਕ ਗਏ ਹੋਏ ਨੇ ਉਹ ਕਾਫੀ ਇਨਰ ਲੰਡਨ 'ਚ ਨੇ। ਪਰ ਜੇ ਆਪਾਂ ਆਊਟਰ ਲੰਡਨ ਦੀ ਗੱਲ ਕਰੀਏ, ਚਾਹੇ ਉਹ ਸਕੋਟਲੈਂਡ ਹੈ, ਚਾਹੇ ਮੈਨਚੈਸਟਰ ਹੈ, ਚਾਹੇ ਵੇਲਸ ਹੈ, ਚਾਹੇ ਲਿਵਰਪੂਲ ਹੈ, ਅੱਜ ਦੀ ਡੇਟ 'ਚ
ਬੱਚੇ ਟੈਲੀਫੋਨਿਕ ਇੰਟਰਵਿਊ ਨਹੀਂ ਦੇ ਪਾਉਂਦੇ ਕਿਤੇ ਨਾ ਕਿਤੇ ਯੂਨੀਵਰਸਿਟੀਜ਼ ਵੱਲੋਂ, ਕੁਛ ਇੱਕ ਯੂਨੀਵਰਸਿਟੀਆਂ ਸਕਾਈਪ ਇੰਟਰਵਿਊ ਵੀ ਲੈਂਦੀਆਂ ਨੇ। ਇਸ ਕਰਕੇ ਜਿਹੜੇ ਯੂਨੀਵਰਸਿਟੀ ਵਾਲੇ ਬੱਚੇ ਚਾਹੁੰਦੇ ਨੇ ਕਿ ਅਸੀਂ ਯੂਕੇ ਜਾਣਾ ਚਾਹੁੰਦੇ ਹਾਂ, ਯੂਨੀਵਰਸਿਟੀ ਜਾਣਾ ਚਾਹੁੰਦੇ ਹਾਂ, ਚੰਗੀ ਯੂਨੀਵਰਸਿਟੀ ਪੜ੍ਹਨਾ ਚਾਹੁੰਦੇ ਹਾਂ, ਔਰ ਕਿਤੇ ਨਾ ਕਿਤੇ ਇੰਟਰਵਿਊ ਨੂੰ ਲੈ ਕੇ ਘਬਰਾਹਟ ਹੈ, ਤਾਂ ਤੁਸੀਂ ਆਊਟਰ ਲੰਡਨ ਜੇਕਰ ਅਪਲਾਈ ਕਰਦੇ ਹੋ, ਸਾਡੇ ਕੋਲ ਮੈਕਸੀਮਮ ਇਹੋ ਜਿਹੀ ਯੂਨੀਵਰਸਿਟੀ ਨੇ ਨਾਲ ਦੀ ਨਾਲ। ਇਨਰ ਲੰਡਨ ਦੇ ਵਿੱਚ ਵੀ ਕੁਛ ਇੱਕ ਯੂਨੀਵਰਸਿਟੀ ਹੈਗੇ ਜਿਹੜੇ ਇੰਟਰਵਿਊ ਨਹੀਂ ਲੈ ਰਹੀਆਂ। ਆਊਟਰ ਲੰਡਨ ਇਨਰ ਲੰਡਨ ਦੇ ਵਿੱਚ ਮੇਨ, ਇਸ ਤੋਂ ਇਲਾਵਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਜੇਕਰ ਬੱਚਾ ਆਊਟਰ ਲੰਡਨ ਜਾਂਦਾ, ਕੰਮ ਕਰ ਦੀ ਆਪਸ਼ਨ ਮੇਨਲੀ ਵੱਧ ਹੈ, ਯੂਨੀਵਰਸਿਟੀ ਬੱਚੇ ਨੂੰ ਘੱਟ ਹੀ ਅਟੈਂਡ ਕਰਨੀ ਪੈਂਦੀ ਹੈ, ਔਰ ਨਾਲ ਦੀ ਨਾਲ ਜਿਹੜੇ PR ਦੇ ਚਾਂਸਿਸ ਨੇ ਆਊਟਰ ਲੰਡਨ ਦੇ ਵਿੱਚ ਵੱਧ ਨੇ ਬੱਚੇ ਦੇ। ਬਿਲਕੁਲ ਜੀ। ਸੋ ਕਿਤੇ ਨਾ ਕਿਤੇ ਜੋ ਚੀਜ਼ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀ, ਉਹੀ ਗੱਲ ਹੈ ਕਿ ਇਨਰ ਲੰਡਨ ਦੇ ਵਿੱਚ ਰਸ਼ ਆਲਰੇਡੀ ਬਹੁਤ ਜ਼ਿਆਦਾ ਹੋ ਚੁੱਕਾ ਹੈਗਾ, ਜਿੱਥੇ ਯੂਨੀਵਰਸਿਟੀਜ਼ ਵੱਡੀਆਂ ਨੇ ਉਹਨਾਂ ਦੀ ਉਨੇ ਤੁਹਾਡੇ ਲਿਵਿੰਗ ਐਕਸਪੈਂਸਿਸ ਵੀ ਜ਼ਿਆਦਾ ਆਉਣਗੇ, ਇੱਥੋਂ ਵੀ ਖਰਚਾ ਜ਼ਿਆਦਾ ਆਏਗਾ, ਫਾਰਮੈਲਿਟੀਜ਼ ਵੀ ਜ਼ਿਆਦਾ ਹੋਣਗੀਆਂ। ਸੋ ਆਊਟਰ ਲੰਡਨ ਦੇ ਵਿੱਚ ਜਿੱਥੇ ਰਸ਼ ਥੋੜ੍ਹਾ ਜਿਹਾ ਘੱਟ ਹੋਏਗਾ, ਉੱਥੇ ਤੁਹਾਨੂੰ ਜ਼ਿਆਦਾ ਫਾਇਦਾ ਵੀ ਪਹੁੰਚ। ਸੋ ਜਦੋਂ ਯੂਕੇ ਦੀ ਗੱਲ ਆਉਂਦੀ ਹੈ ਤਾਂ ਇੱਕ ਹੀ ਪ੍ਰੋਬਲਮ ਸਟੂਡੈਂਟ ਨੂੰ ਪਹਿਲਾਂ ਸੀਗੀ, ਕਿਤੇ ਨਾ ਕਿਤੇ ਡਰ ਸੀਗਾ ਵਰਕ ਪਰਮਿਟ ਦਾ। ਸੋ PSW ਹੁਣੇ ਗਵਰਨਮੈਂਟ ਵੱਲੋਂ ਅਨਾਊਂਸ ਕੀਤਾ ਗਿਆ, ਉਹਦੇ ਬਾਰੇ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਸਟੂਡੈਂਟਸ ਨੂੰ। ਇਹ ਮੈਮ ਕਾਫੀ ਇੱਕ ਚੰਗੀ ਖਬਰ ਹੈ ਜਿਹੜੀ ਪਿਛਲੇ ਦਿਨੀ ਉਹਨਾਂ ਦੇ ਪ੍ਰੈਜ਼ੀਡੈਂਟ ਵੱਲੋਂ ਦਿੱਤੀ ਗਈ ਕਿ ਕੋਈ ਵੀ ਬੱਚਾ ਜਿਹੜਾ ਹੁਣ ਯੂਕੇ ਪੜ੍ਹਨ ਦੇ ਲਈ ਜਾ ਰਿਹਾ, ਜੇਕਰ ਬੱਚਾ ਗ੍ਰੈਜੂਏਸ਼ਨ ਦੇ ਲਈ ਜਾ ਰਿਹਾ, ਉਹ ਬੱਚੇ ਜਿਹੜੇ ਸਿਰਫ ਬੈਚਲਰ ਲਈ ਜਾਂ ਮਾਸਟਰ ਲਈ ਜਾ ਰਹੇ ਨੇ, ਇਹਨਾਂ 'ਚ ਉਹ ਬੱਚੇ ਨੇ ਆਉਣਗੇ ਜਿਹੜੇ ਸ਼ਾਰਟ ਟਰਮ ਕੋਰਸ ਲਈ ਜਾ ਰਹੇ ਨੇ, ਫਾਊਂਡੇਸ਼ਨ ਕੋਰਸ ਲਈ ਜਾ ਰਹੇ ਨੇ, ਇੰਗਲਿਸ਼ ਕੋਰਸ ਲਈ ਜਾ ਰਹੇ ਨੇ, ਜਾਂ ਕੋਈ ਵੀ ਡਿਪਲੋਮਾ, ਐਡਵਾਂਸ ਡਿਪਲੋਮਾ ਜਿਹੜਾ ਬੱਚਾ ਜਾ ਰਿਹਾ, ਉਹਨੂੰ ਪੋਸਟ ਸਟੱਡੀ ਵਰਕ ਪਰਮਿਟ ਤਾਂ ਨਹੀਂ ਅਲਾਊਡ, ਔਰ ਨਾਲ ਦੀ ਨਾਲ ਉਸ ਬੱਚੇ ਨੂੰ ਜਿਹੜਾ ਵੀਕਲੀ 20 hours ਦਾ ਵਰਕ ਪਰਮਿਟ ਹੈ ਉਹ ਵੀ ਅਲਾਊਡ ਨਹੀਂ ਹੈਗਾ। ਸੋ ਜਿਹੜੇ ਬੱਚੇ ਇੱਥੋਂ +2 ਪਾਸ ਆਊਟ ਨੇ, ਉਹ ਗ੍ਰੈਜੂਏਸ਼ਨ ਦੇ ਲਈ ਜਾਣਗੇ, 3 ਜਾਂ 4 ਸਾਲ ਦੀ ਗ੍ਰੈਜੂਏਸ਼ਨ ਹੋਊਗੀ, ਉਸ ਤੋਂ ਬਾਅਦ ਬੱਚੇ ਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਜਿਹੜੇ ਬੱਚੇ ਮਾਸਟਰ ਦੇ ਲਈ ਜਾਣਗੇ, ਉਹਨਾਂ ਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ, ਇਸ ਤੋਂ ਇਲਾਵਾ ਕੋਈ ਬੱਚਾ ਜਿਹੜਾ ਜਾਊਗਾ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ। ਵਰਕ ਪਰਮਿਟ ਮਿਲਣ ਦੇ ਨਾਲ ਕਿਤੇ ਨਾ ਕਿਤੇ ਬੱਚਿਆਂ ਦੀ ਜਿੱਥੇ ਕੰਮ ਕਰ ਦੀ ਇੱਕ ਸਾਧਨ ਵੱਧ ਦੇਣਗੇ, ਬੱਚਿਆਂ ਨੂੰ ਕੰਮ ਕਰ ਲੱਭਣਾ ਈਜ਼ੀ ਹੋਊਗਾ, ਜੋਬ ਬੱਚੇ ਦੀ ਈਜ਼ੀ ਹੋਊਗੀ, ਉੱਥੇ ਬੱਚੇ ਨੂੰ ਇਹ ਫਾਇਦਾ ਹੋਊਗਾ ਕਿ ਜਿਹੜਾ ਬੱਚਾ ਇੱਥੋਂ 4 ਸਾਲ ਦੀ ਬੈਚਲਰ ਲਈ ਜਾ ਰਿਹਾ, ਉਸ ਤੋਂ ਬਾਅਦ ਬੱਚਾ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਕਰ ਰਿਹਾ, 6 ਈਅਰ ਦੀ ਲੀਗਲ ਸਟੇ ਤੋਂ ਬਾਅਦ ਬੱਚਾ ਈਜ਼ੀਲੀ PR ਵੀ ਅਪਲਾਈ ਕਰ ਸਕਦਾ ਉੱਥੇ। ਓਕੇ। ਸੋ ਜੀ ਜਿਹੜੀਆਂ ਆਪਸ਼ਨ ਸੀਗੀਆਂ, ਪਰ ਕਿਤੇ ਨਾ ਕਿਤੇ ਆਪਸ਼ਨ ਜਿਹੜੀਆਂ ਨੇ ਕੁਛ ਇੱਕ ਸਟੂਡੈਂਟ ਲਈ, ਇਹਦੇ ਲਈ ਤੁਸੀਂ ਚੂਜ਼ ਕਰਨਾ ਕਿ ਅਸੀਂ ਕਿੱਦਾਂ ਦੇ ਕੋਰਸਿਸ ਲੈਣੇ ਨੇ, ਕਿਸ ਤਰੀਕੇ ਦੇ ਨੇ, ਕਿੰਨੀ ਦੇਰ ਦੀ ਸਟੱਡੀ ਲਈ ਜਾਣਾ ਤਾਂ ਕਿ PSW ਜਿਹੜਾ ਸਾਨੂੰ ਮਿਲ ਸਕੇ, ਉਸ ਤੋਂ ਬਾਅਦ PR ਦੀ ਆਪਸ਼ਨ ਜਦੋਂ 6 ਸਾਲ ਉੱਥੇ ਰਹਿ ਲਓਗੇ ਲੀਗਲ ਤਰੀਕੇ ਦੇ ਨਾਲ, ਤਾਂ PR ਦੀ ਆਪਸ਼ਨਸ ਵੀ ਮਿਲ ਜਾਣਗੀਆਂ। ਅੱਛਾ, ਹੁਣ UK ਦੀ ਗੱਲ ਆਉਂਦੀ, ਸਪਾਊਸ ਜਿਹੜਾ ਉਹ ਨਾਲ ਜਾ ਸਕਦਾ, ਜੇ ਜਾ ਸਕਦਾ ਤਾਂ ਕਿਹੜੀ ਕੈਟੇਗਰੀ ਦੇ ਵਿੱਚ ਜਾਏਗਾ? ਬਿਲਕੁਲ ਮੈਮ, UK ਇੱਕ ਇਹੋ ਜਿਹੀ ਕੰਟਰੀ ਹੈ ਜਿਹਨੇ ਸਟਾਰਟਿੰਗ ਤੋਂ ਲੈ ਕੇ ਜੇ ਆਪਾਂ 2009 ਜਾਂ 2008 ਤੋਂ ਗੱਲ ਕਰ ਲਈ, ਜਦੋਂ UK ਇੱਕ ਸਟਾਰਟ ਹੋਇਆ ਸੀ, ਜਦੋਂ ਬੱਚਿਆਂ ਨੂੰ ਇੱਥੇ ਪੜ੍ਹਨ ਜਾਣ ਦੇ ਲਈ ਸਟਾਰਟ ਕੀਤਾ ਸੀ, ਉਦੋਂ ਤੋਂ ਲੈ ਕੇ UK ਹੁਣ ਤੱਕ ਸਪਾਊਸ ਦਾ ਵੈਲਕਮ ਕਰਦਾ ਹੈ। ਕੋਈ ਵੀ ਬੱਚਾ ਜਿਹੜਾ ਇੱਥੋਂ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ। ਔਰ ਇੱਥੇ ਖਾਸ ਗੱਲ ਇਹ ਹੈ ਕਿ ਤੁਹਾਨੂੰ ਸਪਾਊਸ ਦੀ ਕੁਆਲੀਫਿਕੇਸ਼ਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਸਪਾਊਸ ਤੁਹਾਡਾ 10th ਪਾਸ ਹੈ, +2 ਪਾਸ ਹੈ, ਤੁਹਾਡਾ ਸਪਾਊਸ ਜੇਕਰ ਨਹੀਂ ਵੀ ਪੜ੍ਹਿਆ ਲਿਖਿਆ ਤਾਂ ਵੀ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ, ਡੇ 1 ਤੋਂ ਨਾਲ ਲੈ ਕੇ ਜਾ ਸਕਦੇ ਹੋ। ਦੂਜੇ ਪਾਸੇ ਬੱਚਿਆਂ ਦੀ ਕਾਫੀ ਕੁਐਰੀਜ਼ ਇਹ ਬਹੁਤ ਆਉਂਦੀਆਂ ਨੇ ਕਿ ਸਾਡਾ, ਅਸੀਂ +2 ਪਾਸ ਆਊਟ ਹੈ ਮੇਨ ਜਿਹੜਾ ਐਪਲੀਕੈਂਟ ਹੈ, ਔਰ ਜਿਹੜਾ ਉਹਨੇ ਬੈਚਲਰ ਦੇ ਲਈ ਜਾਣਾ ਪਰ ਸਪਾਊਸ ਅਸੀਂ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ, ਉਹਨਾਂ ਬੱਚਿਆਂ ਨੂੰ ਇਹ ਕਿ ਤੁਹਾਡਾ ਸਪਾਊਸ ਨਾਲ ਜਾਣ ਦੀ ਬਜਾਏ ਜੇਕਰ ਤੁਸੀਂ 15-20 ਦਿਨ ਦੇ ਮੇਨ ਐਪਲੀਕੈਂਟ ਦੀ ਫਾਈਲ ਤੋਂ ਬਾਅਦ ਲਗਾਉਂਦੇ ਹੋ, ਮੇਨ ਐਪਲੀਕੈਂਟ ਇੱਕ ਵਾਰੀ UK ਪੜ੍ਹਨ ਲੱਗ ਜਾਏ, ਉਹਦੀ ਸਟਾਰਟਿੰਗ ਹੋ ਜਾਏ, ਉਸ ਤੋਂ ਬਾਅਦ ਜੇਕਰ ਸਪਾਊਸ ਦੀ ਫਾਈਲ ਲੱਗਦੀ ਤਾਂ ਕਿਤੇ ਨਾ ਕਿਤੇ ਸਕਸੈਸ ਰੇਟ ਬਹੁਤ ਵਧੀਆ ਹੈ। ਜ਼ਰੂਰੀ ਨਹੀਂ ਕਿ ਤੁਹਾਡਾ ਸਪਾਊਸ ਡੇ 1 ਤੋਂ ਨਾਲ ਜਾ, ਤੁਸੀਂ 10-15 ਦਿਨ ਵੇਟ ਕਰਕੇ ਉਹਨੂੰ ਨਾਲ ਲੈ ਕੇ ਜਾ ਸਕਦੇ ਹੋ। ਕਿਤੇ ਨਾ ਕਿਤੇ ਜਦੋਂ ਆਪਾਂ +2 ਵਾਲੇ ਬੱਚੇ ਦੀ ਜਿਹੜਾ ਬੈਚਲਰ ਲਈ ਜਾ ਰਿਹਾ, ਜੇਕਰ ਸਪਾਊਸ ਦੀ ਐਪਲੀਕੇਸ਼ਨ ਉਹਦੇ ਨਾਲ ਲਗਾਉਂਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਮੇਨ ਐਪਲੀਕੈਂਟ ਦੀ ਫਾਈਲ ਆ ਉੱਤੇ ਵੀ ਇੱਕ ਡਰ ਆ ਜਾਂਦਾ ਕਿ ਕਿਤੇ ਇਹਨਾਂ ਦੇ ਵੀ ਰਿਫਿਊਜ਼ ਨਾ ਹੋ ਜਾਏ। ਸੋ ਜਿਹੜੇ ਬੱਚੇ +2 ਪਾਸ ਆਉਟ ਨੇ, ਤੁਸੀਂ ਆਪਣੇ ਸਪਾਊਸ ਨੂੰ 1 ਮੰਥ ਤੋਂ ਬਾਅਦ ਉਹਦਾ ਵੀਜ਼ਾ ਅਪਲਾਈ ਕਰਵਾ ਸਕਦੇ ਹੋ, ਔਰ ਜਿਹੜੇ ਬੱਚੇ ਗ੍ਰੈਜੂਏਟ ਨੇ ਤੁਹਾਡਾ ਸਪਾਊਸ ਡੇ 1 ਤੋਂ ਨਾਲ ਅਪਲਾਈ ਕਰ ਸਕਦੇ ਹੋ, ਤਾਂ ਡੇ 1 ਤੋਂ ਤੁਸੀਂ ਇਕੱਠੇ ਅਪਲਾਈ ਕਰ ਸਕਦੇ ਹੋ। ਔਰ ਮੇਨਲੀ ਗੱਲ ਸਪਾਊਸ ਦਾ ਉੱਥੇ ਜਾ ਕੇ ਡਿਪੈਂਡੈਂਟ ਵੀਜ਼ਾ ਲੱਗੂਗਾ, ਜਿਹਦੇ ਵਿੱਚ ਉਹਨੂੰ 24 hours ਲੀਗਲ ਵਰਕ ਪਰਮਿਟ ਅਲਾਊਡ ਹੈ, ਉੱਥੇ ਕੰਮ ਕਰ ਸਕਦੇ ਨੇ, ਈਜ਼ੀਲੀ ਤੁਹਾਨੂੰ ਸਪੋਰਟ ਕਰ ਸਕਦੇ ਨੇ, ਕਿਸੇ ਤਰੀਕੇ ਦੀ ਕੋਈ ਇਸ਼ੂ ਨਹੀਂ ਹੋਊਗਾ। ਬਿਲਕੁਲ ਜੀ। ਸੋ ਸਪਾਊਸ ਨਾਲ ਜਿਹੜਾ ਜਾ ਸਕਦਾ, +2 ਵਾਲੇ ਬੱਚੇ ਵੀ ਲੈ ਕੇ ਜਾ ਸਕਦੇ। ਅੱਛਾ, ਜਦੋਂ ਹੁਣ ਅਸੀਂ ਗੈਪ ਵਾਲੇ ਸਟੂਡੈਂਟਸ ਦੀ ਗੱਲ ਕਰਦੇ ਕਿ 10 ਕੁ ਸਾਲ ਦਾ ਗੈਪ ਹੈਗਾ, ਤੁਸੀਂ ਦੱਸਿਆ ਕਿ ਪਹੁੰਚ ਸਕਦੇ ਨੇ ਉਹ ਬੱਚੇ, ਅਤੇ ਜੇ 10 ਕੁ ਸਾਲ ਉਹਨਾਂ ਦੀਆਂ ਫਾਰਮੈਲਿਟੀਜ਼ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਫਰਕ ਪਏਗਾ, ਚਾਹੇ ਉਹ ਬਜਟ ਦੀ ਗੱਲ ਕਰ ਲਈਏ, ਚਾਹੇ ਸਪਾਊਸ ਦੀ ਐਲੀਜੀਬਿਲਟੀ ਦੀ ਗੱਲ ਕਰ ਲਈਏ? ਜੇ ਆਪਾਂ ਬਜਟ ਦੀ ਗੱਲ ਕਰੀਏ ਮੈਮ, ਬਜਟ ਦੀ ਕੋਈ ਇਸ਼ੂ ਨਹੀਂ ਹੈਗਾ ਇਹਦੇ ਵਿੱਚ, ਬਜਟ ਸੇਮ ਹੀ ਰਹਿਣਾ ਕਿਉਂਕਿ ਯੂਨੀਵਰਸਿਟੀ ਕਾਲਜ ਜਿਹੜੀ ਫੀਸਾਂ ਨੇ ਉਹ ਸੇਮ ਨੇ, ਚਾਹੇ ਬੱਚਾ ਗੈਪ ਵਾਲਾ ਚਾਹੇ ਫਰੈਸ਼ ਹੈ, ਉਹਦੇ ਵਿੱਚ ਕੋਈ ਬਜਟ ਦੀ ਕੋਈ ਇਹ ਨਹੀਂ ਤੁਹਾਡਾ ਬਜਟ ਬਹੁਤ ਜ਼ਿਆਦਾ ਵੱਧ ਜੂਗਾ, ਪਰ ਗੈਪ ਤੋਂ ਇਹ
ਕੋਈ ਵੀ ਤੁਸੀਂ ਕੰਮ ਕੀਤਾ ਹੋਇਆ, ਕੋਈ ਵੀ ਤੁਹਾਡੇ ਕੋਲ ਐਵੀਡੈਂਸ ਹੈਗਾ, ਤੁਹਾਨੂੰ ਇੱਕ ਪਰੂਫ ਦੇਣੇ ਪੈਣਗੇ ਕਿ ਇਹਨਾਂ 2, 4, 5, 7 ਸਾਲ ਜਿਹੜੇ ਗੈਪ ਸੀਗਾ ਤੁਸੀਂ ਉਸ ਦੌਰਾਨ ਕੀ ਕੀਤਾ। ਜਦੋਂ ਤੁਸੀਂ ਉਹ ਐਵੀਡੈਂਸ ਦੇ ਦਿੰਦੇ ਹੋ, ਤੁਹਾਡੇ ਐਵੀਡੈਂਸ ਕੰਪਲੀਟ ਹੁੰਦੇ ਆ, ਤੁਹਾਨੂੰ ਕੋਈ ਵੀ ਯੂਨੀਵਰਸਿਟੀ ਜਿਹੜੀ ਹੈਗੀ ਈਜ਼ੀਲੀ ਆਫਰ ਲੈਟਰ ਪ੍ਰੋਵਾਈਡ ਕਰ ਦਿੰਦੀ ਹੈ। ਉਸ ਤੋਂ ਬਾਅਦ ਤੁਸੀਂ ਆਪਣਾ ਪ੍ਰੋਸੈਸ ਇਸ਼ੂ ਕਰ ਸਕਦੇ ਹੋ, ਚਾਹੇ ਤੁਹਾਡਾ ਗੈਪ 2 ਸਾਲ ਦਾ ਹੈ, ਚਾਹੇ 4 ਸਾਲ ਦਾ, ਚਾਹੇ 10 ਸਾਲ ਦਾ। ਔਰ ਮੇਨਲੀ ਗੱਲ, ਜਿਹੜੇ ਬੱਚੇ ਗ੍ਰੈਜੂਏਟ ਨੇ ਉਹ ਤਾਂ ਉਹਨਾਂ ਦਾ ਗੈਪ ਤਾਂ ਅਕਸੈਪਟਡ ਹੁੰਦਾ ਹੀ ਹੁੰਦਾ, ਕਿਤੇ ਨਾ ਕਿਤੇ ਪਲੱਸ ਟੂ ਵਾਲੇ ਬੱਚੇ ਦੇ ਮਨ 'ਚ ਡਰ ਹੁੰਦਾ ਕਿ ਮੇਰਾ ਗੈਪ ਅਕਸੈਪਟਡ ਹੈ ਜਾਂ ਨਹੀਂ ਹੈ। ਸੋ ਇੱਥੇ ਮੈਂ ਇੱਕ ਗੱਲ ਖਾਸ ਦੱਸਣਾ ਚਾਹੂੰਗਾ, ਤੁਸੀਂ ਜੇਕਰ ਪਲੱਸ ਟੂ ਕੀਤੀ ਹੋਈ ਤੁਹਾਡਾ ਤਾਂ ਵੀ ਗੈਪ ਹੈ, ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। ਜਨਵਰੀ ਇਨਟੇਕ ਲਈ ਤੁਸੀਂ ਜੇਕਰ ਜਲਦੀ ਅਪਲਾਈ ਕਰੋਗੇ ਤਾਂ ਉਨੀ ਜਲਦੀ ਤੁਹਾਡਾ ਵੀਜ਼ਾ ਹੋਊਗਾ ਔਰ ਉਨੀ ਐਡਵਾਂਸ ਐਂਟਰੀ ਤੁਸੀਂ ਯੂਕੇ ਦੇ ਵਿੱਚ ਜਾ ਕੇ ਕਰ ਸਕਦੇ ਹੋ। ਸੋ ਬਿਲਕੁਲ ਜੀ, ਗੈਪ ਦੀ ਅਸੀਂ ਗੱਲ ਕੀਤੀ, ਗੈਪ ਚੱਲ ਸਕਦਾ ਪਰ ਪ੍ਰੋਪਰ ਤਰੀਕੇ ਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ। ਅੱਛਾ, ਗੈਪ ਵੀ 2 ਤਰੀਕੇ ਦਾ ਹੁੰਦਾ ਹੈ। ਇੱਕ ਤਾਂ ਠੀਕ ਹੈ ਕੰਟੀਨਿਊਸਲੀ ਤੁਸੀਂ ਪਲੱਸ ਟੂ ਕਰ ਲਈ ਹੈਗੀ, ਉਸ ਤੋਂ ਬਾਅਦ ਤੁਹਾਡਾ 5-7 ਸਾਲ ਦਾ ਗੈਪ ਹੈ। ਇੱਕ ਇਹ ਵੀ ਦੇਖੇ ਨੇ ਕਿ 10th ਕੀਤੀ ਹੈਗੀ, ਫਿਰ 2-3 ਸਾਲ ਦਾ ਗੈਪ, ਫਿਰ ਪਲੱਸ ਟੂ ਜਾ ਕੇ ਕਰ ਲੈਂਦੇ ਨੇ, ਫਿਰ 2-3 ਸਾਲ ਦਾ ਗੈਪ। ਜਿਵੇਂ ਮੈਂ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਬੱਚਿਆਂ ਦਾ ਕੋਈ ਵੀ ਗੈਪ ਹੈ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੱਚੇ ਨੇ ਪਲੱਸ ਟੂ ਕੀਤੀ, ਉਸ ਤੋਂ ਬਾਅਦ ਗ੍ਰੈਜੂਏਸ਼ਨ ਦੇ 2 ਸਾਲ ਦਾ ਗੈਪ ਪੈ ਜਾਂਦਾ ਹੈ, ਜਾਂ ਕਿਸੇ ਬੱਚੇ ਨੇ 10ਵੀਂ ਕਰ ਲਈ, ਸਾਲ ਅੱਧੇ ਦਾ ਉਹਦਾ ਬੱਚੇ ਦਾ ਗੈਪ ਹੁੰਦਾ। 10ਵੀਂ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਆਉਂਦਾ ਕਿ ਜਿਹੜਾ ਬੱਚਿਆਂ ਦੇ ਮੈਕਸੀਮਮ ਗੈਪ ਨੇ ਉਹ 1 ਸਾਲ ਜਾਂ 2 ਸਾਲ ਦੇ ਹੁੰਦੇ ਨੇ, ਕਿਉਂਕਿ ਕਿਸੇ ਨਾ ਕਿਸੇ ਜਾਂ ਤਾਂ ਕੋਈ ਬੱਚਾ ਕਈ ਵਾਰੀ ਪਲੱਸ ਟੂ 'ਚੋਂ ਫੇਲ ਹੋ ਜਾਂਦਾ ਤਾਂ ਬੱਚੇ ਦਾ ਗੈਪ ਵੱਧ ਜਾਂਦਾ, ਜਾਂ ਕਿਸੇ ਬੱਚੇ ਦੀ ਕੋਈ ਮੈਡੀਕਲ ਕੰਡੀਸ਼ਨ ਹੁੰਦੀ ਹੈ ਤਾਂ ਉਸ ਬੱਚੇ ਦਾ ਗੈਪ ਵੱਧਦਾ। ਜਦੋਂ ਉਹ ਬੱਚੇ ਕੋਲ ਗੈਪ ਦੇ ਐਵੀਡੈਂਸ ਪ੍ਰੋਪਰ ਹੁੰਦੇ ਨੇ, ਚਾਹੇ ਕੋਈ ਬੱਚੇ ਕੋਲ ਮੈਡੀਕਲ ਸਰਟੀਫਿਕੇਟ ਹੋਏ ਜਾਂ ਉਹਨੇ ਕੋਈ ਜਦੋਂ ਉਹਦੇ ਫੇਲਰ ਦੀ ਜਿਹੜੀ DMC ਆ ਉਹਦੇ ਕੋਲ ਹੋਏ ਬੱਚੇ ਦੇ, ਜੇਕਰ ਉਹਦਾ ਐਵੀਡੈਂਸ ਹੈਗਾ ਤਾਂ ਉਸ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੁਹਾਡਾ 10ਵੀਂ ਤੋਂ ਬਾਅਦ ਸਾਲ ਦਾ ਗੈਪ ਹੈ, 2 ਸਾਲ ਦਾ ਗੈਪ ਹੈ, ਪਲੱਸ ਟੂ ਤੋਂ ਬਾਅਦ ਤੁਹਾਡਾ 2-4 ਸਾਲ ਦਾ ਗੈਪ ਹੈ ਤੁਹਾਡੀ ਗ੍ਰੈਜੂਏਸ਼ਨ ਦੇ ਵਿੱਚ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ ਜਿੰਨਾ ਮਰਜ਼ੀ ਗੈਪ ਹੋਏ ਤਾਂ ਵੀ ਤੁਸੀਂ ਯੂਕੇ ਲਈ ਜਾਂ ਆਸਟ੍ਰੇਲੀਆ ਲਈ, ਦੋਨੋਂ ਕੰਟਰੀ ਲਈ ਅਪਲਾਈ ਈਜ਼ੀਲੀ ਕਰ ਸਕਦੇ ਹੋ। ਬਿਲਕੁਲ ਜੀ, ਸੋ ਗੈਪ ਜਿਵੇਂ ਗੱਲ ਕੀਤੀ, ਗੈਪ ਚੱਲ ਜਾਏਗਾ ਪਰ ਪ੍ਰੋਪਰ ਤਰੀਕੇ ਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ। ਅੱਛਾ, ਹੁਣ ਯੂਕੇ ਤੋਂ ਬਾਅਦ ਆਸਟ੍ਰੇਲੀਆ ਦੀ ਗੱਲ ਕਰਦੇ, ਕਿਉਂਕਿ ਇੰਨੇ ਦਿਨੀ ਯੂਕੇ ਹੀ ਹੋਇਆ ਪਿਆ, ਉਸ ਤੋਂ ਬਾਅਦ ਬਾਕੀ ਕੰਟਰੀਜ਼ ਵੱਲ ਧਿਆਨ ਜਿਹੜਾ ਥੋੜ੍ਹਾ ਜਿਹਾ ਘੱਟ ਜਾ ਰਿਹਾ। ਪਹਿਲਾਂ ਕੈਨੇਡਾ ਸੀ, ਸੋ ਆਸਟ੍ਰੇਲੀਆ ਜਿਨ੍ਹਾਂ ਨੇ ਵੀ ਅਪਲਾਈ ਵੀ ਕਰਨਾ ਚਾਹੁੰਦੇ ਨੇ, ਕਹਿ ਦਿੱਤਾ ਜਾਂਦਾ ਰੂਲ ਰੈਗੂਲੇਸ਼ਨ ਕਾਫੀ ਜ਼ਿਆਦਾ ਟਫ ਹੋ ਗਏ ਨੇ, ਲੱਗ ਹੀ ਨਹੀਂ ਰਹੇ ਵੀਜ਼ੇ ਆਸਟ੍ਰੇਲੀਆ ਦੇ, ਇਹਦੇ ਵਿੱਚ ਕਿੰਨੀ ਕੁ ਸੱਚਾਈ? ਮੈਮ, ਆਸਟ੍ਰੇਲੀਆ ਦੇ ਵੀਜ਼ੇ ਉਹਨਾਂ ਲੋਕਾਂ ਦੇ ਨਹੀਂ ਲੱਗ ਰਹੇ ਜਿਹੜੇ ਕਿਤੇ ਨਾ ਕਿਤੇ ਡਿਪਲੋਮਾ 'ਚ ਜ਼ਿਆਦਾ ਅਪਲਾਈ ਕਰ ਰਹੇ ਨੇ, ਜਿਹੜੇ ਬੱਚਿਆਂ ਦੇ 5-5 ਬੈਂਡ 'ਤੇ ਅਪਲਾਈ ਹੋ ਰਹੇ ਨੇ, ਕਿਸੇ ਮੋਡਿਊਲ 'ਚ ਬੱਚੇ ਦੇ 4.5 ਨੇ ਤਾਂ ਅਪਲਾਈ ਹੋ ਰਹੇ ਨੇ, ਉਹਨਾਂ ਬੱਚਿਆਂ ਦੇ ਕਿਤੇ ਨਾ ਕਿਤੇ ਰਿਜੈਕਸ਼ਨ ਆ ਰਹੀ ਹੈ, ਕਿਤੇ ਨਾ ਕਿਤੇ GT ਨੂੰ ਲੈ ਕੇ ਕਾਫੀ ਵੱਡੀ ਰਿਜੈਕਸ਼ਨ ਆ ਰਹੀ ਹੈ, ਤੁਹਾਡੀ SOP ਠੀਕ ਨਹੀਂ ਸੀ, ਤੁਹਾਡੇ ਸੋਰਸ ਆਫ ਇਨਕਮ ਠੀਕ ਨਹੀਂ, ਤੁਹਾਡੇ ਫੰਡ ਜੈਨੂਇਨ ਨਹੀਂ ਸੀ, ਉਹਨਾਂ ਬੱਚਿਆਂ ਦੀ ਰਿਜੈਕਸ਼ਨ ਆ ਰਹੀ ਹੈ। ਅੱਜ ਦੀ ਡੇਟ 'ਚ ਜਿਹੜਾ ਬੱਚਾ ਜੈਨੂਇਨ ਹੈ, ਓਵਰਆਲ ਤੁਹਾਡੇ 6 ਬੈਂਡ ਹੈਗੇ ਨੇ, ਨੋਟ ਲੈਸ ਦੈਨ 5.5 ਨੇ, 1, 2 ਜਾਂ 3 ਮੋਡਿਊਲ 'ਚੋਂ 5.5 ਨੇ, ਤਾਂ ਵੀ ਤੁਸੀਂ ਈਜ਼ੀਲੀ ਡਿਪਲੋਮਾ ਦੇ ਲਈ ਅਪਲਾਈ ਕਰ ਸਕਦੇ ਹੋ। ਪਰ ਇਹ ਨਹੀਂ ਕਿ ਤੁਸੀਂ ਕਿਸੇ ਵੀ ਹੋਸਪਿਟੈਲਿਟੀ ਡਿਪਲੋਮਾ 'ਚ ਜਾਂ ਬਿਜ਼ਨਸ ਡਿਪਲੋਮਾ 'ਚ ਆਪਾਂ ਕੇਸਿਸ ਪਾਈਏ ਤਾਂ ਆਪਣੇ ਵੀਜ਼ੇ ਆਉਣਗੇ। ਚੰਗੇ ਕੋਰਸਿਸ ਦਾ ਵੀਜ਼ਾ ਪਾਇਆ ਕਰੋ, ਚੰਗੇ ਕੋਸ਼ਿਸ਼ ਕਰਿਆ ਕਰੋ, ਆਪਣੇ ਕੋਰਸਿਸ 'ਤੇ ਵੱਧ ਤੋਂ ਵੱਧ ਸਰਚ ਕਰਿਆ ਕਰੋ। ਲੈਵਲ 1 ਦੇ ਕਾਲਜ 'ਚ ਜਦੋਂ ਆਪਾਂ ਐਡਮਿਸ਼ਨ ਪਾਉਂਦੇ ਹਾਂ ਤਾਂ ਕਿਤੇ ਨਾ ਕਿਤੇ ਸਕਸੈਸ ਰੇਟ ਵਧੀਆ ਹੁੰਦਾ। ਔਰ ਨਾਲ ਦੀ ਨਾਲ ਜਿਹੜੇ ਬੱਚੇ ਪਲੱਸ ਟੂ ਪਾਸ ਆਊਟ ਨੇ, 2018-19 ਤੁਸੀਂ ਪਾਸ ਆਊਟ ਹੋ, ਤੁਹਾਡੇ 6 ਬੈਂਡ ਹੈਗੇ ਨੇ, ਨੋਟ ਲੈਸ ਦੈਨ 5.5 ਬੈਂਡ ਨੇ, ਤੁਸੀਂ ਯੂਨੀਵਰਸਿਟੀ ਵਿੱਚ ਐਂਟਰੀ ਲੈ ਸਕਦੇ ਹੋ। ਪਰ ਬਸ਼ਰਤੇ ਤੁਹਾਡੀ ਜਿਹੜੀ ਪਰਸੈਂਟੇਜ ਆ 60-65% ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਦਿੰਦੇ। ਔਰ ਕਿਤੇ ਨਾ ਕਿਤੇ ਜਿਹੜੀ ਬੈਚਲਰ ਡਿਗਰੀ 'ਚ ਆਪਾਂ ਗੱਲ ਕਰੀਏ ਤਾਂ ਸਕਸੈਸ ਰੇਟ ਬਹੁਤ ਜ਼ਿਆਦਾ ਵਧੀਆ ਹੈ। ਪਰ ਜਿਹੜੇ ਬੱਚਿਆਂ ਦੇ ਨੰਬਰ ਹੁਣ 55% ਨੇ, 50-60 ਦੇ ਵਿੱਚ ਹੋ ਜਾਂਦੇ ਨੇ, ਉਹਨਾਂ ਬੱਚਿਆਂ ਦੇ ਲਈ ਸਿਰਫ ਔਰ ਸਿਰਫ ਡਿਪਲੋਮਾ ਇੱਕ ਰਸਤਾ ਵੱਜਦਾ। ਤੁਸੀਂ ਡਿਪਲੋਮਾ 'ਚ ਅਪਲਾਈ ਕਰਕੇ ਆਸਟ੍ਰੇਲੀਆ ਵੀਜ਼ਾ ਲੈ ਸਕਦੇ ਹੋ, ਪਰ ਬੈਂਡ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਤੁਹਾਡੀ 6 ਨੋਟ ਲੈਸ ਦੈਨ 5.5 ਹੋਣੀ ਚਾਹੀਦੀ ਹੈ। ਡਿਪਲੋਮੇ ਦੀ ਗੱਲ ਕੀਤੀ ਪਰ ਇਹ ਵੀ ਕਿਹਾ ਜਾ ਰਿਹਾ ਡਿਪਲੋਮਾ 'ਚ ਵੀਜ਼ਾ ਨਹੀਂ ਆ ਰਿਹਾ, ਜੇ ਆ ਵੀ ਰਿਹਾ ਤਾਂ ਵਰਕ ਪਰਮਿਟ ਦੇ ਵਿੱਚ ਅੱਗੇ ਦਿੱਕਤ ਆਏਗੀ ਸਟੂਡੈਂਟਸ ਨੂੰ। ਮੈਮ, ਕੋਈ ਵੀ ਬੱਚਾ ਜਿਹੜਾ ਡਿਪਲੋਮਾ ਅਪਲਾਈ ਕਰਦਾ, ਜੇਕਰ ਹੁਣ ਬੱਚੇ ਮੈਕਸੀਮਮ ਜਿਹੜਾ ਬੱਚਾ ਕਮਰਸ ਆਪਾਂ ਦੇਖਦੇ ਹਾਂ ਬਿਜ਼ਨਸ ਦੇ ਵਿੱਚ ਚਲਾ ਜਾਂਦਾ, ਜਾਂ ਬੱਚਾ ਆਰਟਸ ਵਾਲਾ ਹੋਸਪਿਟੈਲਿਟੀ ਦੇ ਜਾਂ ਕੁਕਰੀ ਦੇ ਕੋਰਸਿਸ ਚਲਾ ਜਾਂਦਾ, ਨੋਨ ਮੈਡੀਕਲ ਵਾਲਾ ਬੱਚਾ IT 'ਚ ਚਲਾ ਜਾਂਦਾ, ਇਸ ਤੋਂ ਇਲਾਵਾ ਜੇ ਆਪਾਂ ਸਰਚ ਆਊਟ ਕਰੀਏ ਤਾਂ ਕਾਫੀ ਇਹੋ ਜਿਹੇ ਚੰਗੇ ਆਪਸ਼ਨ ਨੇ, ਚੰਗੇ ਕੋਰਸਿਸ ਹੈਗੇ, ਅਰਲੀ ਚਾਈਲਡਹੁੱਡ ਦੀ ਆਪਾਂ ਗੱਲ ਕਰੀਏ, ਕਮਿਊਨਿਟੀ ਸਰਵਿਸਿਸ ਦੀ ਗੱਲ ਕਰੀਏ, ਏਜ ਕੇਅਰ ਡਿਪਾਰਟਮੈਂਟ ਦੀ ਗੱਲ ਕਰੀਏ, ਇਹਨਾਂ 'ਚ ਕਾਫੀ ਇਹੋ ਜਿਹੇ ਕੋਰਸ ਨੇ ਜਿਨ੍ਹਾਂ ਦੇ ਕਿ ਸਕਿੱਲ ਦੀ ਬਹੁਤ ਲੋੜ ਹੁੰਦੀ ਹੈ। ਕੋਈ ਵੀ ਜਿਹੜਾ ਸਕਿੱਲਡ ਵਰਕਰ ਹੈ, ਜਿਵੇਂ ਆਪਾਂ ਗੱਲ ਕਰੀਏ ਕਿ ਜਿਹੜਾ ਹੱਥੀ ਕੰਮ ਕਰਨ ਵਾਲਾ ਬੰਦਾ, ਉਹਨੂੰ ਕਿਤੇ ਨਾ ਕਿਤੇ ਆਪਸ਼ਨਸ ਵੱਧ ਹੁੰਦੀਆਂ ਨੇ। ਜੇ ਕੋਈ ਸਕਿੱਲ ਜੋਬ ਉੱਥੇ ਕਰਦਾ, ਕੋਈ ਸਕਿੱਲ ਦੀ ਪੜ੍ਹਾਈ ਕਰਦਾ, ਤਾਂ ਉਹਨੂੰ ਕੱਲ੍ਹ ਜੋਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੁੰਦੀ। ਅੱਜ ਦੀ ਡੇਟ 'ਚ ਆਪਾਂ ਗੱਲ ਕਰੀਏ ਕੈਨਬਰਾ ਦੇ ਵਿੱਚ ਗੱਲ ਕਰੀਏ, ਡਾਰਵਿਨ ਦੇ ਵਿੱਚ ਗੱਲ ਕਰੀਏ, ਚੰਗੇ ਇਹੋ ਜਿਹੇ ਕਾਲਜਸ ਹੈਗੇ, ਚੰਗੇ ਇਹੋ ਜਿਹੇ ਕੋਰਸਿਸ ਹੈਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਡਿਪਲੋਮੇ ਤੋਂ ਬਾਅਦ ਵੀ ਵਰਕ ਪਰਮਿਟ ਦੇ ਵਿੱਚ ਕੋਈ ਇਸ਼ੂ ਨਹੀਂ, ਔਰ ਨਾਲ ਦੀ ਨਾਲ ਜਿਹੜੇ ਕੋਰਸਿਸ ਹੈਗੇ ਉਹ ਲੀਡਿੰਗ ਟੂ PR ਨੇ। ਇਹ ਨਹੀਂ ਕਿ ਤੁਹਾਨੂੰ PR ਦੇ ਲਈ ਤੁਹਾਨੂੰ
ਪਾ ਦਿਓ, ਪਰ ਉਹ ਬੱਚੇ ਕਿਤੇ ਨਾ ਕਿਤੇ ਡਿਗਰੀ ਲਈ ਇੰਟਰਸਟਡ ਨਹੀਂ ਹੁੰਦੇ ਕਿ ਅਸੀਂ ਡਿਗਰੀ ਜਾਈਏ। ਕੋਈ ਵੀ ਬੱਚਾ ਮੈਮ ਜੋ ਡਿਗਰੀ ਲਈ ਜਾਂਦਾ, ਚਾਹੇ ਉਹ ਬੈਚਲਰ ਲਈ ਜਾਂਦਾ, ਚਾਹੇ ਮਾਸਟਰਸ ਲਈ ਜਾਂਦਾ, ਆਪਾਂ ਇਗਜ਼ਾਮਪਲ ਦੇ ਯੂਨੀਵਰਸਿਟੀ ਦੀ ਜਿਹੜੀ ਫੀਸ ਹੈਗੀ ਉਹ ਸਾਲ ਦੀ $27,000 ਤੋਂ ਸਟਾਰਟ ਹੋ ਕੇ $35,000-$40,000 ਤੱਕ ਜਾਂਦੀ ਹੈ, ਔਰ ਡਿਪਲੋਮਾ ਦੀ ਫੀਸ ਜਿਹੜੀ ਹੈਗੀ $8,000-$10,000 ਤੋਂ ਸਟਾਰਟ ਹੋ ਕੇ $11,000-$12,000 ਤੱਕ ਜਾਂਦੀ ਹੈ। ਇਸ ਕਰਕੇ ਜਿਹੜਾ ਬੱਚਾ ਕਿਤੇ ਨਾ ਕਿਤੇ ਯੂਨੀਵਰਸਿਟੀ 'ਚ ਜਾ ਰਿਹਾ, ਮਾਸਟਰ ਡਿਗਰੀ ਲਈ ਜਾ ਰਿਹਾ ਜਾਂ ਬੈਚਲਰ ਡਿਗਰੀ ਲਈ ਜਾ ਰਿਹਾ, ਉਹਨਾਂ ਦਾ ਸਕਸੈਸ ਰੇਟ ਕਾਫੀ ਵਧੀਆ ਰਹਿੰਦਾ। ਅੱਛਾ, ਫੰਡਸ ਦੀ ਹੁਣ ਗੱਲ ਕੀਤੀ ਜਾਵੇ, ਕਿੰਨੇ ਕੁ ਫੰਡਸ ਆਸਟ੍ਰੇਲੀਆ ਵਾਸਤੇ ਸ਼ੋ ਕਰਦੇ ਹੋ? ਮੈਮ ਆਸਟ੍ਰੇਲੀਆ ਦੀ ਫੰਡਿੰਗ ਨੂੰ ਲੈ ਕੇ ਕਾਫੀ ਇਸ਼ੂ ਰਹਿੰਦਾ, ਕਿਉਂਕਿ ਕਿਤੇ ਨਾ ਕਿਤੇ ਕਈ ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਵਿਦਆਊਟ ਫੰਡ ਵੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, ਤੁਹਾਡੇ ਫੰਡ ਨਵੇਂ ਹੋਣ, ਤੁਸੀਂ ਕੱਲ੍ਹ ਫੰਡ ਪਵਾ ਕੇ ਦਿਓ ਤਾਂ ਵੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਪਰ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੀ ਗੱਲ ਕਰੀਏ ਜਾਂ ਕਾਲਜਸ ਦੀ ਗੱਲ ਕਰੀਏ, ਜਿਹੜੇ ਲੈਵਲ 1 ਦੇ ਅੰਡਰ ਆਉਂਦੇ ਨੇ ਉਹ ਖੁਦ ਫੰਡਸ ਨੂੰ ਚੈੱਕ ਕਰਦੇ ਨੇ, ਫੰਡਸ ਦੀ ਅਸੈਸਮੈਂਟ ਖੁਦ ਕਰਦੇ ਨੇ, ਤੁਹਾਡੇ ਫੰਡ 2-3 ਤਰੀਕੇ ਦੇ ਚੱਲਦੇ ਨੇ। ਇੱਕ ਤਾਂ ਤੁਸੀਂ ਜੇਕਰ ਤੁਹਾਡੇ ਫੰਡ 3 ਮਹੀਨੇ ਪੁਰਾਣੇ ਨੇ, ਤੁਹਾਨੂੰ ਕੋਈ ਐਵੀਡੈਂਸ ਦੇਣ ਦੀ ਲੋੜ ਨਹੀਂ ਤੁਹਾਡੇ ਕੋਲ ਫੰਡ ਕਿੱਥੋਂ ਆਏ। ਜੇਕਰ ਤੁਸੀਂ ਨਵੇਂ ਫੰਡ ਸ਼ੋਅ ਕਰਨਾ ਚਾਹੁੰਦੇ ਹੋ, ਚਾਹੇ 1 ਦਿਨ ਪੁਰਾਣੇ ਫੰਡ, ਤੁਸੀਂ ਉਹ ਵੀ ਸ਼ੋਅ ਕਰ ਸਕਦੇ ਹੋ, ਪਰ ਤੁਹਾਨੂੰ ਪ੍ਰੋਪਰ ਐਵੀਡੈਂਸ ਦੇਣੇ ਪੈਣਗੇ ਕਿ ਤੁਹਾਡੇ ਕੋਲ ਫੰਡ ਕਿੱਥੋਂ ਆਏ, ਪੈਸਾ ਕਿੱਥੋਂ ਆਇਆ, ਇਹਨਾਂ ਦਾ ਸੋਰਸ ਆਫ ਇਨਕਮ ਕੀ ਸੀ, ਆਪਾਂ ਨੂੰ ਪ੍ਰੋਪਰ ਪ੍ਰੂਫ ਦੇਣੇ ਪੈਣਗੇ। ਔਰ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਜਿਹੜੇ ਬੱਚੇ ਡਿਗਰੀ ਲਈ ਜਾਣਾ ਚਾਹੁੰਦੇ ਨੇ, ਉਹ ਬੱਚੇ ਐਜੂਕੇਸ਼ਨ ਲੋਨ ਅਪਲਾਈ ਕਰਕੇ ਐਜੂਕੇਸ਼ਨ ਲੋਨ ਦੇ ਬਿਹਾਫ ਤੇ ਵੀ ਜਾ ਸਕਦੇ ਨੇ। ਜਿਨ੍ਹਾਂ ਬੱਚਿਆਂ ਦੇ GPF ਜਾਂ PPF ਦੇ ਫੰਡ ਪਏ ਨੇ, ਉਹਨਾਂ ਕੋਲ ਜਿੰਨੀ ਵੀ ਮਨੀ ਉਹ ਵਿਦਡਰਾਅਲ ਅਮਾਊਂਟ ਹੈਗੀ ਹੈ, ਉਹ ਉਹਨੂੰ ਕਢਵਾ ਕੇ ਜਾਂ ਆਪਦੇ ਬੈਂਕ ਅਕਾਊਂਟ 'ਚ ਪਾਉਣਗੇ, ਉਹ ਤੁਸੀਂ ਤਾਂ ਸ਼ੋਅ ਕਰ ਸਕਦੇ ਹੋ। GPF ਦੀ ਫੰਡ ਤੁਸੀਂ ਐਜ਼ ਇਟ ਇਜ਼ 75% ਦੀ ਜੇ ਆਪਾਂ ਗੱਲ ਕਰੀਏ, ਉਹ ਬੇਸ਼ੱਕ ਵਿਦਡਰਾਅਲ ਅਮਾਊਂਟ ਹੈਗੀ ਹੈ, ਪਰ ਜੋ ਤੁਹਾਡੇ ਬੈਂਕ ਅਕਾਊਂਟ 'ਚੋਂ ਰਿਫਲੈਕਟ ਕਰੂਗੀ ਉਹ ਤੁਸੀਂ ਤਾਂ ਸ਼ੋਅ ਕਰ ਸਕਦੇ ਹੋ। ਜੇਕਰ ਤੁਹਾਡੇ ਫਾਦਰ ਮਦਰ ਦੇ ਸੋਰਸ ਆਫ ਇਨਕਮ ਚੰਗੇ ਹੈਗੇ ਨੇ, ਤੁਸੀਂ 15-20 ਲੱਖ ਦੀ ਈਅਰਲੀ ਰਿਟਰਨ ਭਰ ਰਹੇ ਹੋ, ਤਾਂ ਤੁਸੀਂ ਵਿਦਆਊਟ ਫੰਡ ਅਪਲਾਈ ਕਰ ਸਕਦੇ ਹੋ। ਪਰ ਉਦੋਂ ਵੀ ਤੁਹਾਨੂੰ ਉਹਦੇ ਵਿੱਚ ਤੁਹਾਨੂੰ ITR ਦਾ ਪ੍ਰੋਪਰ ਵੇਰਵਾ ਦੇਣਾ ਪਊਗਾ, ਪ੍ਰੋਪਰ ਜਦੋਂ ਯੂਨੀਵਰਸਿਟੀ ਚੈੱਕ ਕਰੂਗੀ, ਯੂਨੀਵਰਸਿਟੀ ਅਸੈਸਮੈਂਟ ਕਰੂਗੀ GT ਦੀ, ਉਸ ਬਿਹਾਫ 'ਤੇ ਤੁਸੀਂ ਜਾ ਸਕਦੇ ਹੋ। ਆਸਟ੍ਰੇਲੀਆ ਬਿਨਾਂ ਫੰਡ ਤੋਂ ਕਿਸੇ ਵੀ ਬੱਚੇ ਦਾ ਕਦੇ ਵੀ ਵੀਜ਼ਾ ਨਹੀਂ ਆਉਂਦਾ, ਕਿਉਂਕਿ ਤੁਸੀਂ ਕਿਸੇ ਕੰਟਰੀ ਪੜ੍ਹਨ ਜਾ ਰਹੇ ਹੋ, ਤੁਹਾਨੂੰ ਉੱਥੇ ਅਗਲੇ ਸਾਲ ਦੀ ਫੀਸ ਵੀ ਸ਼ੋਅ ਕਰਨੀ ਪਊਗੀ, ਤੁਹਾਨੂੰ ਲਿਵਿੰਗ ਐਕਸਪੈਂਸ ਵੀ ਦਿਖਾਉਣੇ ਪੈਣਗੇ, ਤੁਹਾਨੂੰ ਆਉਣ ਜਾਣ ਦੇ ਖਰਚੇ ਵੀ ਦਿਖਾਉਣੇ ਪੈਣਗੇ। ਇਸ ਕਰਕੇ ਵਿਦਆਊਟ ਫੰਡ ਆਸਟ੍ਰੇਲੀਆ ਦਾ ਵੀਜ਼ਾ ਕਦੇ ਵੀ ਪੋਸੀਬਲ ਨਹੀਂ ਹੁੰਦਾ। ਬਿਲਕੁਲ ਜੀ। ਅੱਛਾ, ਫੰਡ ਦੀ ਗੱਲ ਹੋ ਰਹੀ, ਫੰਡ ਥਰਡ ਪਾਰਟੀ ਫੰਡ ਚੱਲ ਸਕਦੇ ਨੇ? ਕਈ ਵਾਰੀ ਕਿਹਾ ਜਾਂਦਾ ਕੋਈ ਰਿਲੇਟਿਵ ਹੈਗਾ, ਚਲੋ ਜੀ ਦਾਦਾ ਨਾਨਾ ਉਹਨਾਂ ਦੇ ਅਸੀਂ ਸ਼ੋਅ ਕਰ ਦਿੰਦੇ ਹਾਂ। ਮੈਮ ਆਸਟ੍ਰੇਲੀਅਨ ਗੌਰਮੈਂਟ ਦੀ ਜਿਹੜੀ ਵੈਬਸਾਈਟ ਹੈ ਉੱਤੇ ਸਾਫ਼ ਸਾਫ਼ ਮੈਨਸ਼ਨ ਹੈ ਕਿ ਤੁਹਾਡੇ ਸਿਰਫ ਔਰ ਸਿਰਫ ਬਲੱਡ ਰਿਲੇਸ਼ਨ ਦੇ ਵਿੱਚ ਤੁਸੀਂ ਫੰਡ ਸ਼ੋਅ ਕਰ ਸਕਦੇ ਹੋ, ਜਿਹਦੇ ਵਿੱਚ ਕਿ ਬੱਚੇ ਦੇ ਦਾਦਾ ਦਾਦੀ, ਨਾਨਾ ਨਾਨੀ ਜਾਂ ਮਦਰ ਫਾਦਰ ਜਾਂ ਬ੍ਰਦਰ ਸਿਸਟਰ ਆਉਂਦੇ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਕਿਸੇ ਮਾਮੇ ਦੇ ਜਾਂ ਚਾਚੇ ਦੇ, ਜੇ ਆਪਾਂ ਫੰਡ ਸ਼ੋਅ ਦੀ ਗੱਲ ਕਰੀਏ, ਥਰਡ ਪਾਰਟੀ ਵਿੱਚ ਵੱਧ ਤੋਂ ਵੱਧ ਤੁਸੀਂ ਸਿਰਫ 10% ਅਮਾਊਂਟ ਸ਼ੋਅ ਕਰਵਾ ਸਕਦੇ ਹੋ। ਫੋਰ ਐਗਜ਼ਾਮਪਲ ਜੇ ਆਪਾਂ ਨੂੰ ਕਿਸੇ ਕੇਸ ਲਈ 30 ਲੱਖ ਦੇ ਫੰਡ ਚਾਹੀਦੇ, ਤੁਸੀਂ ਸਿਰਫ 2-3 ਲੱਖ ਤੁਸੀਂ ਅਰੇਂਜ ਕਰਾ ਸਕਦੇ ਹੋ ਜਿਹੜੇ ਥਰਡ ਪਾਰਟੀ ਦੇ ਨੇ, ਕਿਉਂਕਿ ਕਿਤੇ ਨਾ ਕਿਤੇ ਬੱਚੇ ਦੇ ਮਾਂ ਬਾਪ ਕੋਲ ਦੇਖਿਆ ਜਾਂਦਾ ਕਿ ਇਹਨਾਂ ਕੋਲ ਆਪਣੇ ਬੱਚੇ ਨੂੰ ਪੜ੍ਹਾਉਣ ਦੇ ਲਈ ਪੈਸੇ ਹੈਗੇ ਕਿ ਨਹੀਂ ਹੈਗੇ, ਜੇ ਕਿਸੇ ਅਲੱਗ ਕੰਟਰੀ ਭੇਜਣ ਲਈ ਬਾਹਰ ਭੇਜ ਰਹੇ ਨੇ, ਜਿਹਨਾਂ ਕੋਲ ਇੰਨੀ ਫੰਡਿੰਗ ਨਹੀਂ ਹੈਗੀ, ਕਿਸੇ ਕੋਲੋਂ ਮੰਗ ਕੇ ਫੰਡ ਸ਼ੋਅ ਕਰ ਰਹੇ ਨਾ, ਇਟ ਮੀਨਸ ਕਿ ਇਹਨਾਂ ਕੋਲ ਫੰਡ ਨਹੀਂ ਹੈਗੇ, ਇਹਨਾਂ ਨੇ ਸਿਰਫ ਬੱਚਾ ਭੇਜਣਾ, ਬੱਚੇ ਨੇ ਜਾ ਕੇ ਕੰਮ ਕਾਰ ਕਰਨਾ, ਬੱਚੇ ਦਾ ਜਿਹੜਾ ਮੋਟਿਵ ਹੋਊਗਾ ਸੈਟਲ ਹੋਣਾ ਹੋਊਗਾ, ਪੜ੍ਹਾਈ ਕਰਨਾ ਨਹੀਂ ਹੋਊਗਾ। ਔਰ ਜਦੋਂ ਕਿਸੇ ਕੰਟਰੀ 'ਚ ਇਹ ਚੀਜ਼ ਕਲੀਅਰ ਹੁੰਦੀ ਹੈ ਕਿ ਬੱਚੇ ਦਾ ਮੋਟਿਵ ਪੜ੍ਹਾਈ ਕਰਨਾ ਨਹੀਂ ਹੈਗਾ, ਤਾਂ ਵੀਜ਼ੇ ਜਿਹੜੇ ਰਿਜੈਕਸ਼ਨ ਚਾਂਸਿਸ ਨੇ ਉਹ ਆਲਮੋਸਟ 100% ਹੁੰਦੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀਜ਼ਾ ਲੈਣਾ, ਉੱਥੇ ਜਾ ਕੇ ਪੜ੍ਹਾਈ ਕਰਨੀ ਹੈ, ਤੁਹਾਨੂੰ ਪ੍ਰੋਪਰ ਸ਼ੋਅ ਕਰਨਾ ਕਿ ਤੁਸੀਂ ਪੜ੍ਹਨ ਦੇ ਲਈ ਜਾ ਰਹੇ ਹੋ, ਤਾਂ ਫੰਡ ਹਮੇਸ਼ਾ ਜੈਨੂਇਨ ਹੋਣ, ਤੁਹਾਡੇ ਆਪਣੇ ਪੇਰੈਂਟਸ ਦੇ ਅਕਾਊਂਟ 'ਚ ਹੋਣ ਜਾਂ ਤੁਹਾਡੇ ਅਕਾਊਂਟ 'ਚ ਹੋਣ, ਤਾਂ ਕਾਫੀ ਵਧੀਆ ਗੱਲ ਹੈ। ਬਿਲਕੁਲ ਜੀ। ਅੱਛਾ, ਆਸਟ੍ਰੇਲੀਆ ਦੀ ਹੁਣ ਇਨਟੇਕ ਕਿਹੜਾ ਅਵੇਲੇਬਲ ਰਹੇਗਾ ਸਟੂਡੈਂਟਸ? ਮੈਮ ਜਿਹੜੇ ਬੱਚੇ ਆਸਟ੍ਰੇਲੀਆ ਡਿਪਲੋਮਾ ਦੇ ਲਈ ਜਾਣਾ ਚਾਹੁੰਦੇ ਨੇ, ਚਾਹੇ ਉਹ 6 ਬੈਂਡ ਵਾਲੇ ਨੇ, 2018-19 ਪਾਸ ਆਊਟ ਨੇ, ਉਹਨਾਂ ਦੇ ਲਈ ਤਕਰੀਬਨ ਹਰ ਮੰਥ ਇਨਟੇਕ ਨੇ, ਲੈਵਲ 1 ਦੇ ਕਾਲਜਸ ਵਿੱਚ ਅਵੇਲੇਬਲ ਹੈਗੇ ਨੇ ਇਨਟੇਕ, ਔਰ ਚੰਗੇ ਕੋਰਸਿਸ ਦੇ ਵਿੱਚ ਅਵੇਲੇਬਲ ਨੇ। ਜਿਹੜੇ ਬੱਚੇ ਯੂਨੀਵਰਸਿਟੀ ਪੜ੍ਹਾਈ ਕਰਨ ਦੇ ਲਈ ਜਾਣਾ ਚਾਹੁੰਦੇ ਨੇ, ਨਵੰਬਰ ਇਨਟੇਕ ਜਿਹੜਾ ਕਾਫੀ ਸ਼ਾਰਟ ਇਨਟੇਕ ਹੁੰਦਾ, ਕਿਉਂਕਿ ਅਕਤੂਬਰ ਨਵੰਬਰ ਇਨਟੇਕ ਹੁੰਦਾ, ਅਕਤੂਬਰ ਮੇਨ ਇਨਟੇਕ ਹੈ, ਨਵੰਬਰ ਦੇ ਵਿੱਚ ਕਾਫੀ ਸ਼ਾਰਟ ਸੀਗਾ, ਹੁਣ ਆਪਾਂ ਫਰਵਰੀ ਇਨਟੇਕ ਆਪਣੇ ਕੋਲ ਨੈਕਸਟ ਹੈਗਾ। ਜਿਹੜਾ ਬੱਚਾ ਯੂਨੀਵਰਸਿਟੀ ਲਈ ਅਪਲਾਈ ਕਰਨਾ ਚਾਹੁੰਦਾ, ਪਰ ਇਹ ਨਹੀਂ ਕਿ ਫਰਵਰੀ 'ਚ ਅਜੇ 2-3 ਮਹੀਨੇ ਪਏ ਨੇ ਤਾਂ ਸੋਚੋ ਕਿ ਆਪਾਂ ਫਰਵਰੀ ਦੇ ਵਿੱਚ ਜਨਵਰੀ ਅਪਲਾਈ ਕਰਾਂਗੇ, ਤੁਸੀਂ ਜੇਕਰ ਫਰਵਰੀ ਇਨਟੇਕ ਅਪਲਾਈ ਕਰਨਾ ਚਾਹੁੰਦੇ ਹੋ ਯੂਨੀਵਰਸਿਟੀ ਦੇ ਵਿੱਚ, ਤਾਂ ਅੱਜ ਹੀ ਆਪਣੀ ਅਸੈਸਮੈਂਟ ਕਰਾਓ, ਸਾਡੇ ਆਫਿਸ ਆ ਕੇ ਮਿਲੋ, ਤਾਂ ਕਿ ਤੁਹਾਡੀ ਇੱਕ ਜੱਜਮੈਂਟ ਕੀਤੀ ਜਾ ਸਕੇ, ਤੁਹਾਡਾ ਪ੍ਰੋਪਰ ਜਿਹੜਾ GT ਦਾ ਪ੍ਰੋਸੈਸ ਹੈ ਉਹ ਤੋਂ ਗੋ ਥਰੂ ਕਰਵਾਇਆ ਜਾ ਸਕੇ। ਇਸ ਕਰਕੇ ਜੇ ਤੁਸੀਂ ਫਰਵਰੀ ਇਨਟੇਕ ਅਪਲਾਈ ਕਰਨਾ ਚਾਹੁੰਦੇ ਹੋ, ਜਲਦੀ ਤੋਂ ਜਲਦੀ ਅਪਲਾਈ ਕਰੋ, ਇਹ ਨਾ ਸੋਚੋ ਕਿ 2-3 ਮਹੀਨੇ ਪਏ ਨੇ, ਕੱਲ ਨੂੰ ਲੇਟ ਪ੍ਰੋਸੈਸ ਕਰ ਲਓਗੇ, ਜਿੰਨੀ ਜਲਦੀ ਪ੍ਰੋਸੈਸ ਕਰੋਗੇ ਉਨੀ ਜਲਦੀ ਤੁਸੀਂ ਵੀਜ਼ਾ ਲੈ ਕੇ ਆਸਟ੍ਰੇਲੀਆ ਜਾ ਸਕਦੇ ਹੋ। ਬਿਲਕੁਲ ਜੀ। ਸੋ ਇਨਟੇਕ ਅਵੇਲੇਬਲ ਹੈਗੇ ਨੇ ਈਵਨ ਨਵੰਬਰ, ਜਿਵੇਂ ਤੁਸੀਂ ਦੱਸਿਆ ਹੈਗਾ, ਪਰ ਕੁਛ ਇੱਕ ਜਿਹੜੇ ਕੈਟੇਗਰੀ ਵਾਲੇ ਸਟੂਡੈਂਟਸ ਵਾਸਤੇ, ਬਾਕੀ ਫੈਬ ਇਨਟੇਕ ਵਾਸਤੇ ਵੀ ਤੁਸੀਂ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹੋ। ਅੱਛਾ, ਹੁਣ ਜੇਕਰ ਗੱਲ ਕੀਤੀ ਜਾਵੇ ਪ੍ਰੋਪਰ ਪ੍ਰੋਸੀਜਰ ਦੀ, ਕਿੰਨੀ ਕੁ ਦੇਰ ਦਾ
ਮੈਮ ਜਾਂਦੇ ਜਾਂਦੇ ਖਾਸ ਮੈਸੇਜ ਇਹੀ ਹੈ ਕਿ ਜਿਹੜੇ ਬੱਚੇ ਚਾਹੇ ਉਹ ਕਿਸੇ ਕੰਟਰੀ ਤੋਂ ਰਿਫਿਊਜ਼ ਨੇ ਜਾਂ ਉਹਨਾਂ ਦਾ ਗੈਪ ਪੈ ਚੁੱਕਿਆ, ਸਟੱਡੀ ਦੇ ਵਿੱਚ ਨੰਬਰ ਘੱਟ ਨੇ, ਆਇਲਸ ਨਹੀਂ ਕੀਤੀ ਹੋਈ, ਤੁਹਾਡੇ ਇੰਗਲਿਸ਼ ਦੇ ਵਿੱਚ ਪਲੱਸ ਟੂ ਇੰਗਲਿਸ਼ ਸਬਜੈਕਟ ਦੇ ਵਿੱਚ 60% ਨੰਬਰ ਹੈਗੇ ਨੇ, ਤਾਂ ਤੁਸੀਂ ਈਜ਼ਲੀ UK ਅਪਲਾਈ ਕਰ ਸਕਦੇ ਹੋ. ਇੱਕ ਗੋਲਡਨ ਟਾਈਮ ਹੈ ਉਹਨਾਂ ਸਟੂਡੈਂਟ ਦੇ ਲਈ ਜਿਹੜੇ ਸੋਚ ਰਹੇ ਸੀ ਕਿ ਸਾਡਾ 2-3 ਕੰਟਰੀ ਤੋਂ ਰਿਫਿਊਜ਼ ਹੋ ਗਿਆ, ਅਸੀਂ ਸਿੰਗਾਪੁਰ ਚਲੇ ਜਾਈਏ ਜਾਂ ਸਾਈਪ੍ਰਸ ਚਲੇ ਜਾਈਏ. ਜਿੱਥੇ ਤੁਸੀਂ 4-5 ਲੱਖ ਰੁਪਇਆ ਲਾ ਕੇ ਸਾਈਪ੍ਰਸ ਜਾਣਾ, ਉੱਥੇ ਤੁਹਾਡੇ ਕੋਲ ਇੱਕ ਚੰਗੀ ਆਪਸ਼ਨ ਅੱਜ ਦੀ ਡੇਟ ਦੇ ਵਿੱਚ. UK ਦੀ ਜਿਹੜੀ ਯੂਨੀਵਰਸਿਟੀ ਦੀ ਫੀਸਿਸ ਨੇ ਉਹ 3-4 ਲੱਖ ਤੋਂ ਸਟਾਰਟ ਹੋ ਜਾਂਦੀਆਂ ਨੇ. ਤੁਸੀਂ ਇੱਕ 10 ਲੱਖ ਤੋਂ ਘੱਟ ਖਰਚੇ ਦੇ ਵਿੱਚ UK ਸਟੱਡੀ ਕਰਨ ਦੇ ਲਈ ਜਾ ਸਕਦੇ ਹੋ. ਇੱਕ ਚੰਗਾ ਸਮਾਂ, ਇੱਕ ਚੰਗਾ ਆਪਸ਼ਨ ਹੈ. ਤੁਸੀਂ ਅੱਜ ਹੀ ਅਪਲਾਈ ਕਰੋ, ਜਨਵਰੀ ਇਨਟੇਕ ਕਾਫੀ ਨੇੜੇ ਹੈ. ਅੱਜ ਅਪਲਾਈ ਕਰੋਗੇ ਤਾਂ ਤੁਸੀਂ 1-1.5 ਮਹੀਨੇ ਤੁਹਾਡਾ ਟੋਟਲ ਪ੍ਰੋਸੈਸ ਹੈ, ਤੁਸੀਂ ਜਨਵਰੀ ਇਨਟੇਕ ਲਈ UK ਪੜ੍ਹਨ ਲਈ ਜਾ ਸਕਦੇ ਹੋ. ਜ਼ਿਆਦਾ ਜਾਣਕਾਰੀ ਲਈ ਸਾਡੇ ਨੰਬਰ ਨੀਚੇ ਚੱਲ ਰਹੇ, ਤੁਸੀਂ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ. ਬਿਲਕੁਲ ਜੀ. ਸੋ ਨੰਬਰ ਲਗਾਤਾਰ ਐਜੂਕੇਸ਼ਨ ਅਬਰਾਡ ਦੇ ਫਲੈਸ਼ ਹੋ ਰਹੇ ਨੇ. ਮੋਹਾਲੀ ਦੇ ਵਿੱਚ ਆਫਿਸ ਹੈਗਾ, ਇਹਨਾਂ ਨੰਬਰਸ ਨੂੰ ਨੋਟ ਕਰ ਲਓ ਜੀ. ਪ੍ਰੋਪਰ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਲੈ ਕੇ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ. ਪ੍ਰੋਪਰ ਲੱਗੇ ਹੋਏ ਵੀਜ਼ੇ ਦੇਖੋ, ਵੀਜ਼ਾ ਸਕਸੈਸ ਰੇਟ ਦੇਖੋ. ਪ੍ਰੋਪਰ ਇਨਕੁਆਇਰੀ ਕਰਨ ਤੋਂ ਬਾਅਦ ਹੀ ਤੁਸੀਂ ਆਪਣਾ ਵੀਜ਼ਾ ਜਿਹੜਾ ਉਹ ਅਪਲਾਈ ਕਰੋ. ਸੋ ਥੈਂਕ ਯੂ ਸੋ ਮਚ. ਸੋ ਜਾਂਦੇ ਜਾਂਦੇ ਉਹਨਾਂ ਸਟੂਡੈਂਟਸ ਦੇ ਨਾਲ ਮਿਲਵਾ ਦਿੰਦੇ ਹਾਂ ਜੀ, ਜਿਨ੍ਹਾਂ ਦੇ ਰੀਸੈਂਟਲੀ ਵੀਜ਼ੇ ਆਏ ਨੇ ਐਜੂਕੇਸ਼ਨ ਅਬਰਾਡ ਦੇ ਥਰੂ. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਮਨਦੀਪ ਕੌਰ ਹੈ. ਮੈਂ ਪਿੰਡ ਘੁੰਮਣ ਕਲਾਂ ਡਿਸਟ੍ਰਿਕਟ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ. ਮੈਂ 2018 ਵਿੱਚ BA ਕੀਤੀ ਸੀ ਅਤੇ ਬਾਅਦ ਵਿੱਚ ਮੈਨੇ ਯੂਨੀਵਰਸਿਟੀ ਆਫ ਗ੍ਰੈਨਿਚ ਅਪਲਾਈ ਆਪਣਾ MBA ਕੋਰਸ ਅਪਲਾਈ ਕੀਤਾ. ਮੈਨੇ ਆਪਣਾ ਵੀਜ਼ਾ ਐਜੂਕੇਸ਼ਨ ਅਬਰਾਡ ਕੰਸਲਟੈਂਟ ਤੋਂ ਅਪਲਾਈ ਕੀਤਾ ਅਤੇ ਇਹਨਾਂ ਨੇ ਮੇਰਾ 8 ਦਿਨਾਂ ਵਿੱਚ ਮੇਰਾ ਵੀਜ਼ਾ ਮੰਗਵਾ ਦਿੱਤਾ. ਮੈਂ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹਾਂਗੀ, ਜੇ ਤਾਂ ਤੁਸੀਂ ਆਪਣਾ UK ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਅਤੇ ਆਪਣਾ ਵੀਜ਼ਾ ਮੰਗਵਾ ਸਕਦੇ ਹੋ. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਿਤਿਸ਼ ਗੋਇਲ ਹੈ. ਮੈਂ ਪਟਿਆਲੇ ਤੋਂ ਬਿਲੋਂਗ ਕਰਦਾ. ਅੱਜ ਮੇਰਾ UK ਦਾ ਵੀਜ਼ਾ ਆ ਚੁੱਕਿਆ ਵਿਦਆਊਟ ਆਇਲਸ. ਅਗਰ ਮੈਂ ਆਪਣੀ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਮੇਰੇ 2014 'ਚ ਮੇਰਾ 10th ਪਾਸ ਆਊਟ ਹੈ, 1 ਸਾਲ ਦਾ ਗੈਪ. ਉਸ ਤੋਂ ਬਾਅਦ ਮੈਂ 2 ਸਾਲ ਦੀ ITI ਕੀਤੀ ਹੈ, ਦੈਨ ਮੇਰਾ 1 ਸਾਲ ਦਾ ਫਿਰ ਗੈਪ ਹੈ. ਫਿਰ ਮੈਂ 2019 ਵਿੱਚ ਓਪਨ ਬੋਰਡ ਤੋਂ +2 ਕੀਤੀ, ਜਿਹਦੇ ਵਿੱਚ ਮੇਰੇ 60% ਆਏ. ਔਰ ਮੈਂ ਐਜੂਕੇਸ਼ਨ ਅਬਰੋਡ ਕੰਸਲਟੈਂਟ ਕੋਲ ਆਇਆ ਅਤੇ ਉਹਨਾਂ ਨੇ ਮੇਰਾ ਵੀਜ਼ਾ ਲਵਾ ਕੇ ਦਿੱਤਾ ਵਿਦਆਊਟ ਆਇਲਸ. ਅਤੇ ਇਹਨਾਂ ਦੀ ਗਾਈਡੈਂਸ ਬਹੁਤ ਵਧੀਆ. ਮੈਂ ਸਾਰਿਆਂ ਨੂੰ ਰੈਕਮੈਂਡ ਕਰਦਾ ਇੱਕ ਵਾਰੀ ਜ਼ਰੂਰ ਆਉਣ. ਅਤੇ ਜਤਿੰਦਰ ਸਰ ਅਤੇ ਉਹਨਾਂ ਦੀ ਟੀਮ ਦਾ ਮੈਂ ਸਾਰਿਆਂ ਦਾ ਥੈਂਕਫੁਲ ਕਰਦਾ ਬਹੁਤ ਬਹੁਤ. ਔਰ ਸਾਰਿਆਂ ਨੂੰ ਰਿਕਮੈਂਡ ਕਰਦਾ ਇੱਕ ਵਾਰੀ ਜ਼ਰੂਰ ਆ ਕੇ ਉਰੇ ਆਪਣਾ ਵੀਜ਼ਾ ਲਵਾਉਣ. ਥੈਂਕ ਯੂ. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਨਪ੍ਰੀਤ ਕੌਰ ਹੈ. ਮੈਂ BTECH ਕੀਤੀ ਹੈ ਇਹ ਗਲੋਬਲ ਇੰਸਟੀਟਿਊਟ ਤੋਂ 2015 ਵਿੱਚ. ਮੇਰਾ 4 ਸਾਲ ਦਾ ਗੈਪ ਹੈ. ਅੱਜ ਮੈਂ UK ਦਾ ਵੀਜ਼ਾ ਪਾਇਆ ਹੈ. ਇਹ ਸਾਰਾ ਕੁਛ ਜਤਿੰਦਰ ਸਰ ਦੇ ਕਰਕੇ ਹੋਇਆ, ਜਿਨ੍ਹਾਂ ਨੇ ਮੈਨੂੰ ਬਹੁਤ ਵਧੀਆ ਗਾਈਡੈਂਸ ਦਿੱਤੀ ਅਤੇ ਅੱਜ ਫਾਈਨਲੀ ਮੈਂ UK ਦਾ ਵੀਜ਼ਾ ਪਾਇਆ ਹੈ. ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ. ਮੇਰਾ ਐਜੂਕੇਸ਼ਨ ਅਬਰਾਡ ਕੰਸਲਟੈਂਟਸ ਸੈਕਟਰ 70 ਮੋਹਾਲੀ ਤੋਂ ਆਸਟ੍ਰੇਲੀਆ ਦਾ ਵੀਜ਼ਾ ਆਇਆ ਹੈ ਅਤੇ ਮੈਂ ਬਹੁਤ ਖੁਸ਼ ਹਾਂ. ਅਤੇ ਮੇਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਕਿ ਮੈਂ +2 ਪਾਸ ਕੀਤੀ ਹੋਈ ਹੈ 2017 ਵਿੱਚ ਆਰਟਸ ਸਟ੍ਰੀਮ ਦੇ ਨਾਲ. ਅਤੇ ਮੇਰਾ 2 ਸਾਲ ਦਾ ਗੈਪ ਸੀ. ਮੇਰਾ ਵੀਜ਼ਾ ਕੀ ਟੂ ਲਰਨਿੰਗ ਕਾਲਜ ਸਿਡਨੀ ਤੋਂ ਆਇਆ ਹੈ ਜੁਲਾਈ ਇਨਟੇਕ ਲਈ. ਸੋ ਮੈਂ ਸਭ ਨੂੰ ਰਿਕੁਐਸਟ ਕਰਦੀ ਹਾਂ ਕਿ ਜੋ ਲੋਕ ਕਹਿੰਦੇ ਹਨ ਕਿ ਆਸਟ੍ਰੇਲੀਆ ਦੇ ਡਿਪਲੋਮਾ ਵਿੱਚ ਵੀਜ਼ਾ ਨਹੀਂ ਆ ਰਹੇ ਤਾਂ ਉਹ ਇੱਕ ਵਾਰ ਆ ਕੇ ਇਸ ਕੰਪਨੀ ਵਿੱਚ ਜ਼ਰੂਰ ਵਿਜ਼ਿਟ ਕਰਨ. ਅਤੇ ਇੱਥੋਂ ਦੇ MD Sir ਬਹੁਤ ਹੀ ਵਧੀਆ ਨੇ. ਮੈਨੂੰ ਇੱਥੋਂ ਤੋਂ ਆਪਣੀ ਫਾਈਲ ਲਵਾ ਕੇ ਬਹੁਤ ਖੁਸ਼ੀ ਹੋ ਰਹੀ ਹੈ. ਸਾਨੂੰ ਜਤਿੰਦਰ ਸਰ ਨੇ ਬਹੁਤ ਵਧੀਆ ਗਾਈਡ ਕੀਤਾ, ਬਹੁਤ ਵਧੀਆ ਸਾਨੂੰ ਲੱਗਿਆ ਸਾਡਾ ਵੀਜ਼ਾ ਆ ਗਿਆ. ਸਾਨੂੰ 1.5 ਸਾਲ ਤੋਂ ਅਸੀਂ ਪਹਿਲਾਂ ਬਹੁਤ ਗਏ ਏਜੰਟਾਂ ਕੋਲ, ਲੇਕਿਨ ਸਾਡੀ ਕੋਈ ਗੱਲਬਾਤ ਨਹੀਂ ਬਣੀ, ਪਰ ਹੁਣ ਅਸੀਂ ਬਹੁਤ ਖੁਸ਼ ਹਾਂ ਸਾਡਾ ਵੀਜ਼ਾ ਆ ਗਿਆ. ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਭਜੋਤ ਸਿੰਘ ਹਾਬੜੀ ਤੋਂ. ਅਤੇ ਅੱਜ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿਉਂਕਿ ਮੇਰਾ ਕੈਨੇਡਾ ਦਾ ਵੀਜ਼ਾ ਆ ਚੁੱਕਿਆ ਜੀ. ਮੈਂ +2 ਜੀ 2018 'ਚ ਕੀਤੀ ਸੀ, ਜਿਹਦੇ 'ਚ ਮੇਰੇ 75% ਸੀ, ਉਹ ਵੀ ਆਰਟਸ 'ਚੋਂ. ਐਂਡ ਉਦੋਂ ਬਾਅਦ ਜੀ ਮੇਰੇ 6 ਬੈਂਡ ਆ. ਅਤੇ ਫਿਰ ਮੈਂ ਆਪਣੀ ਫਾਈਲਿੰਗ ਐਜੂਕੇਸ਼ਨ ਅਬਰੋਡ ਵਾਲਿਆਂ ਤੋਂ ਕਰਾਈ ਆ ਜੇ. ਅਤੇ ਐਂਡ ਹੁਣ ਮੈਨੂੰ ਕੈਨੇਡਾ 'ਚ ਓਨਟਾਰੀਓ 'ਚ ਸੈਂਟੈਨੀਅਲ ਕੋਲਜ ਮਿਲ ਚੁੱਕਿਆ. ਤੁਸੀਂ ਵੀ ਆਪਣੀ ਫਾਈਲਿੰਗ ਇੱਥੋਂ ਹੀ ਕਰਾਓ. ਐਂਡ ਮੇਰੇ ਬ੍ਰਦਰ ਦੀ ਫਾਈਲਿੰਗ ਵੀ ਅਸੀਂ ਇੱਥੋਂ ਹੀ ਕਰਾਈ ਸੀ. ਸੋ ਸਟਾਫ ਬਹੁਤ ਹੀ ਜ਼ਿਆਦਾ ਕੋਪਰੇਟਿਵ ਆ, ਐਂਡ ਤੁਹਾਨੂੰ ਇੱਥੇ ਕੋਈ ਵੀ ਗਲਤ ਸਲਾਹ ਨਹੀਂ ਦਿੱਤੀ ਜਾਊਗੀ. ਸਭ ਤੁਹਾਨੂੰ ਬਿਲਕੁਲ ਸਹੀ, ਜੋ ਵੀ ਤੁਹਾਡਾ ਵੀਜ਼ਾ ਆਊਗਾ ਜਾਂ ਨਹੀਂ ਸਹੀ ਦੱਸਿਆ ਦੱਸ ਦਿੱਤਾ ਜਾਊਗਾ. ਐਂਡ ਤੁਸੀਂ ਕਿੱਥੋਂ ਦਾ ਵੀ ਅਪਲਾਈ ਕਰਨਾ ਚਾਹੁੰਦੇ ਹੋ, ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ, ਸੋ ਤੁਸੀਂ ਇੱਥੇ ਵਿਜ਼ਿਟ ਕਰੋ. ਐਂਡ ਇੱਥੋਂ ਦੀ ਫੀਸ ਬਹੁਤ ਹੀ ਜ਼ਿਆਦਾ ਜਾਇਜ਼ ਆ. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈ ਨਵਦੀਪ ਕੌਰ. ਮੇਰਾ ਆਸਟ੍ਰੇਲੀਆ ਦਾ ਵੀਜ਼ਾ ਆਇਆ ਇਨ 5.5 ਬੈਂਡ ਸਕੋਰ 'ਤੇ. ਮੈਂ +2 ਕੀਤੀ ਹੈ 2017 'ਚ UP ਬੋਰਡ ਤੋਂ ਇਨ ਮੈਡੀਕਲ ਸਟ੍ਰੀਮ ਦੇ ਵਿੱਚ. ਮੈਨੂੰ ਲੱਗ ਨਹੀਂ ਰਿਹਾ ਸੀ ਕਿ ਮੇਰਾ ਵੀਜ਼ਾ ਆਏਗਾ, ਬਟ ਜਤਿੰਦਰ ਸਰ ਔਰ ਉਹਨਾਂ ਦੇ ਸਟਾਫ ਨੇ ਕਾਫੀ ਅੱਛਾ ਮੈਨੂੰ ਗਾਈਡ ਕੀਤਾ.
ਦਿੱਤਾ ਔਰ ਬਹੁਤ ਅੱਛੀ ਨੌਲੇਜ ਦਿੱਤੀ ਔਰ ਮੈਨੂੰ ਡਿਪਲੋਮਾ ਦੇ ਵਿੱਚ ਐਡਮਿਸ਼ਨ ਮਿਲਿਆ ਹੋਇਆ ਹੈ। ਜੋ ਲੋਕ ਕਹਿੰਦੇ ਨੇ ਕਿ ਡਿਪਲੋਮਾ ਵਿੱਚ ਐਡਮਿਸ਼ਨ ਨਹੀਂ ਮਿਲਦਾ, ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਐਡਮਿਸ਼ਨ ਮੈਨੂੰ ਮਿਲ ਚੁੱਕਿਆ ਹੈ। ਤੁਸੀਂ ਇਹ ਦੇਖ ਸਕਦੇ ਹੋ ਕਿ ਮੇਰਾ ਵੀਜ਼ਾ ਆ ਚੁੱਕਿਆ। ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਜਤਿੰਦਰ ਸਰ ਨੂੰ ਔਰ ਉਹਨਾਂ ਦੇ ਸਟਾਫ ਨੂੰ ਜਿਨ੍ਹਾਂ ਦੀ ਵਜ੍ਹਾ ਤੋਂ ਮੈਂ ਅੱਜ ਮੇਰਾ ਵੀਜ਼ਾ ਆਇਆ ਹੋਇਆ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਬਹੁਤ ਵੀਜ਼ਾ ਹੈ। ਮੈਨੂੰ ਲੱਗ ਨਹੀਂ ਰਿਹਾ ਸੀ ਕਿ ਮੇਰਾ ਇੰਨੇ ਘੱਟ ਸਕੋਰ ਦੇ ਵਿੱਚ ਵੀਜ਼ਾ ਆ ਸਕਦਾ ਹੈ।